ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੀਵੋ ਪਹਲ ਖੰਡੇ ਧਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸਾ ਜੀ ਦੇ ਸਾਜਨਾ ਦਿਵਸ ਦੀਆਂ ਸਮੁੱਚੀ ਸੰਗਤ ਨੂੰ 320ਵੇਂ ਗੁਰਪੁਰਬ ਦੀਆਂ, 550ਵੇਂ ਗੁਰਪੁਰਬ ਦੀਆਂ ਅਤੇ ਖਾਲਸਾ ਜੀ ਦੇ 320ਵੇਂ ਸਾਜਨਾ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਅੱਜ ਅਸੀਂ ਨਗਰ ਕੀਰਤਨ ਦੇ ਵਿੱਚ ਇਕੱਠੇ ਹੋਏ ਹਾਂ। ਪਿੱਛੇ ਤੁਸੀਂ ਦੇਖ ਰਹੇ ਹੋ ਕਿੰਨਾ ਜਾਹੋ ਜਲਾਓ ਸੰਗਤ ਦਾ, ਠਾਠਾ ਮਾਰਦਾ ਇਕੱਠ। ਇਸ ਵਕਤ ਰੈਕਸਡੇਲ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਅਸੀਂ ਪਹੁੰਚ ਚੁੱਕੇ ਹਾਂ। ਰੈਕਸਡੇਲ ਦੇ ਵਿੱਚ ਵੀ ਸਟੇਜ ਲੱਗੀ ਹੋਈ ਆ, ਬਹੁਤ ਸਾਰੇ ਪੋਲੀਟੀਸ਼ੀਅਨ ਉੱਥੇ ਪਹੁੰਚੇ ਹੋਏ ਨੇ। ਇਹ ਲਾਈਵ ਤੁਸੀਂ PTN 24 TV ਚੈਨਲ 'ਤੇ ਸੁਰਸਾਗਰ ਔਰ ਸਰਦਾਰੀ TV ਦੇ ਉੱਪਰ ਅੱਜ ਦਾ ਪੂਰਾ ਲਾਈਵ ਕਵਰੇਜ ਦੇਖ ਰਹੇ ਹੋ। ਔਰ ਮੇਰੇ ਨਾਲ ਰਾਣਾ ਰਣਧੀਰ ਸਿੰਘ ਜੀ, ਜਿਹੜੇ ਕਿ ਸੁਰਸਾਗਰ TV ਚੈਨਲ ਦੇ ਮਾਲਕ ਨੇ, ਉਹ ਵੀ ਮੇਰੇ ਨਾਲ ਨੇ। ਉਹਨਾਂ ਦੇ ਨਾਲ ਵੀ ਗੱਲਬਾਤ ਆਪਾਂ ਕਰਦੇ ਹਾਂ ਕਿ ਕਿੱਦਾਂ ਦਾ ਮਾਹੌਲ ਅੱਜ ਕ੍ਰੀਏਟ ਹੋਇਆ ਵਾ ਰੈਕਸਡੇਲ ਗੁਰੂ ਘਰ ਦੇ ਵਿੱਚ। ਰਾਣਾ ਜੀ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਧੰਨਵਾਦ ਜੀ। ਔਰ ਅੱਜ ਬਹੁਤੀਆਂ ਚੀਜ਼ਾਂ ਚਮਕੌਰ ਸਿੰਘ ਜੀ ਵੱਖਰੀਆਂ ਹੋਈਆਂ ਨੇ। ਪਹਿਲੀ ਗੱਲ ਤਾਂ ਇਹ ਕਿ ਇੱਕ ਤਾਂ ਮੌਸਮ ਜਿਹੜਾ ਸੀਗਾ ਜੀ, ਉਹ ਬੜੇ ਚਿਰਾਂ ਬਾਅਦ ਇਹੋ ਜਿਹਾ ਹੋਇਆ। ਇਹ ਪਿਛਲੇ ਇੱਕ ਸਾਲ ਜਿਹੜਾ ਸੀਗਾ ਉਹ ਮੀਂਹ ਕਾਫੀ ਸੀ, ਉਹ ਜਦੋਂ ਮੀਂਹ ਹੁੰਦਾ ਆ ਤਾਂ ਫਿਰ ਠੰਡ ਜਿਹੜੀ ਆ ਉਹ ਹੋ ਜਾਂਦੀ ਆ। ਔਰ ਐਤਕੀ ਸੰਗਤ ਜਿਹੜੀ ਆ ਜੀ, ਪਿਛਲੇ ਸਾਲਾਂ ਦੇ ਮੁਕਾਬਲਤਨ ਦੁੱਗਣੀ ਨਹੀਂ ਤਾਂ ਡੇਢੀ ਆਪਾਂ ਜ਼ਰੂਰ ਕਹਿ ਸਕਦੇ ਹਾਂ। ਉਹਦੇ ਵਿੱਚ ਕਈ ਕਾਰਨ ਹੋ ਸਕਦੇ ਨੇ। ਇੱਕ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਿਵੇਂ 550 ਸਾਲ ਆ, ਉਹ ਇੱਕ ਜੋਸ਼ ਜਿਹੜਾ ਉਹ ਹੁਣ ਤੋਂ ਨਜ਼ਰ ਆਉਂਦਾ। ਦੂਸਰਾ ਕਿ ਓਨੈਸਟਲੀ ਸਪੀਕਿੰਗ, ਕਿ ਅੱਗੇ ਕਈ ਵਾਰੀ ਮਾੜੀ ਮੋਟੀ ਖਿੱਚੋਤਾਣ ਜਿਹੜੀ ਆ ਉਹ ਕਮੇਟੀਆਂ ਦੇ ਵਿੱਚ ਵੀ ਆਪਸ ਵਿੱਚ ਹੁੰਦੀ ਹੈ ਨਾ, ਜਿਹਦਾ ਬੈਡ ਇਫੈਕਟ ਜ਼ਰੂਰ ਪੈਂਦਾ। ਪਰ ਐਤਕੀ ਬੜਾ ਸਮੂਥਲੀ, ਬੜੇ ਪਿਆਰ ਮੁਹੱਬਤ ਅਤੇ ਖਲੂਸ ਦੇ ਨਾਲ ਸਾਰੇ ਤਕਰੀਬਨ ਸਾਰੇ ਇੰਤਜ਼ਾਮ ਹੋਏ ਨੇ ਜੀ। ਔਰ ਸਾਰੇ ਨਗਰ ਕੀਰਤਨ ਨੂੰ ਬਿਹਤਰ ਕਿਵੇਂ ਬਣਾਉਣਾ ਜੀ, ਇੱਕ ਦੂਜੇ ਨੂੰ ਪੁੱਛ ਰਹੇ ਸੀ, ਇੱਕ ਦੂਜੇ ਨੂੰ ਸਲਾਹਾਂ ਦੇ ਰਹੇ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਊਂਟ ਕਰਦੀਆਂ ਨੇ। ਜਦੋਂ ਫਿਰ ਪੋਜ਼ਿਟਿਵ ਵਰਡ ਆਊਟ ਜਿਹੜਾ ਆ ਉਹ ਸੰਗਤਾਂ ਦੇ ਵਿੱਚ ਜਾਂਦਾ ਆ, ਉਹਦਾ ਇੰਪੈਕਟ ਜ਼ਰੂਰ ਪੈਂਦਾ ਆ। ਔਰ ਜਦੋਂ ਮੌਸਮ ਵਧੀਆ ਹੁੰਦਾ, ਮੌਸਮ ਜੇ ਠੰਡਾ ਹੋਵੇ ਤਾਂ ਫਿਰ ਕਈ ਵਾਰੀ ਇੱਦਾਂ ਹੋ ਜਾਂਦਾ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਬਾਹਰ ਲੈ ਕੇ ਆਉਣਾ ਮਾਵਾਂ ਜਿਹੜੀਆਂ ਨੇ ਉਹ ਮੁਨਾਸਬ ਨਹੀਂ ਸਮਝਦੀਆਂ। ਬਜ਼ੁਰਗ ਜਿਹੜੇ ਹੁੰਦੇ ਨੇ ਜੀ, ਕਈ ਵਾਰੀ ਉਹ ਬਾਹਰ ਨਹੀਂ ਆਉਣਾ ਚਾਹੁੰਦੇ, ਫਿਰ ਕਈ ਵਾਰੀ ਸਾਰੇ ਪਰਿਵਾਰ ਦਾ ਕਿਉਂਕਿ ਮਾਹੌਲ ਨਹੀਂ ਬਣਦਾ, ਇਸ ਕਰਕੇ ਉਹ ਕਹਿੰਦੇ ਚਲੋ ਛੱਡੋ ਪਰਾਂ TV 'ਤੇ ਬਹਿ ਕੇ ਦੇਖ ਲੈਂਦੇ ਆ। ਪਰ ਐਤਕੀ ਸੰਗਤ ਜਿਹੜੀ ਆ ਜੀ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਈ ਆ ਜੀ। ਆ ਜਿੰਨੀ ਆਹ ਸੰਗਤ ਤੋਂ ਹੁਣ ਆਪਾਂ ਸਾਈਡਾਂ ਦੇ ਉੱਪਰ ਘੱਟ ਦੇਖਦੇ ਹਾਂ, ਏਅਰਪੋਰਟ ਅਤੇ ਮੋਰਨਿੰਗ ਸਟਾਰ ਤੋਂ ਲੈ ਕੇ ਅਤੇ ਹੰਬਰ ਲਾਈਨ ਤੱਕ ਟੋਟਲੀ ਸਾਈਡਾਂ ਜਿਹੜੀਆਂ ਸਨ ਪੈਕ ਸਨ। ਹੰਬਰ ਲਾਈਨ ਤੋਂ ਲੈ ਕੇ ਅਤੇ ਇੱਥੇ ਫਿੰਚ ਤੱਕ ਪੂਰੀਆਂ ਜਿਹੜਾ ਸਾਈਡਾਂ ਸਨ, ਉੱਥੇ ਖੜ੍ਹੇ ਹੋਣ ਨੂੰ ਤਿਲ ਸੁੱਟਣ ਯੋਗੀ ਜਗ੍ਹਾ ਨਹੀਂ ਸੀ। ਔਰ ਇੱਕ ਐਤਕੀ ਪਹਿਲੀ ਵਾਰੀ ਹੋਇਆ ਆ, ਆਮ ਤੌਰ 'ਤੇ ਕੀ ਹੁੰਦਾ ਕਿ ਨਗਰ ਕੀਰਤਨ ਤੋਂ ਸ਼ੁਰੂ ਹੁੰਦਾ, ਉਹਦਾ ਲਾਈਵ ਜਿਹੜੀ ਆ ਉਹ ਬ੍ਰੌਡਕਾਸਟ ਹੁੰਦੀ ਆ ਜੀ। ਰੈਕਸਡੇਲ ਜਦੋਂ ਸਿਰਫ ਤਕਾਲਾਂ ਨੂੰ ਜਾਂਦੇ ਹਾਂ, ਉੱਥੇ ਅਰਦਾਸ ਜਿਹੜੀ ਆ ਬ੍ਰੌਡਕਾਸਟ ਆਪਾਂ ਕਰਦੇ ਹੁੰਦੇ। ਅਰਦਾਸ ਤੋਂ ਬਾਅਦ ਜਦ ਤੱਕ ਦੀਵਾਨ ਜਿਹੜਾ ਜੀ ਉਹ ਨੇਪਰੇ ਚੜ੍ਹ ਚੁੱਕਾ ਹੁੰਦਾ ਜੀ, ਫਿਰ ਜਕਾਰੇ ਛੱਡ ਕੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਤਾਂ ਵਾਹਿਗੁਰੂ ਜੀ ਕੀ ਫਤਿਹ। ਐਤਕੀ ਜਿਹੜਾ ਜੀ ਉਹ ਰੈਕਸਡੇਲ ਗੁਰਦੁਆਰਾ ਸਾਹਿਬ ਤੋਂ ਵੀ ਲਾਈਵ ਸਟ੍ਰੀਮ ਚੱਲਦੀ ਸੀ। ਔਰ ਜਿਹੜੇ ਇਸ ਵੇਲੇ ਜਿਹਨਾਂ ਨੇ PTN ਦੇ ਥਰੂ ਦੇਖਿਆ ਆ, ਜਾਂ ਜਿਹਨਾਂ ਨੇ SSTV ਦੇ ਥਰੂ ਦੇਖਿਆ, ਜਿਹਨਾਂ ਨੇ ਸਰਦਾਰੀ ਥਰੂ ਦੇਖਿਆ, ਜਿਹਨਾਂ ਨੇ ਸਾਡੇ ਫੇਸਬੁੱਕ ਪੇਜ ਜਾਂ ਫਿਰ YouTube ਚੈਨਲਸ ਦੇ ਜ਼ਰੀਏ ਦੇਖਿਆ, ਉਹਨਾਂ ਨੇ ਜ਼ਰੂਰ ਮਹਿਸੂਸ ਕੀਤਾ ਹੋਵੇਗਾ ਕਿ ਸਾਈਮਲਟੇਨੀਅਸਲੀ ਇਹ ਸਾਰੀ ਫੀਡ ਜਿਹੜੀ ਹੈ ਜੀ ਉਹ ਜਾ ਰਹੀ ਸੀਗੀ ਜੀ। ਸਾਡਾ ਵੀ ਇੱਕ ਨਵਾਂ ਐਕਸਪੀਰੀਅੰਸ ਸੀਗਾ, ਕਿਉਂਕਿ ਅਸੀਂ PTN ਅਤੇ SSTV ਜਿਹੜਾ ਇਹ ਸਾਡੇ ਵਾਲਾ ਗਰੁੱਪ ਜਿਹੜਾ ਜੀ ਉਹ ਪਹਿਲੀ ਵਾਰੀ ਲਾਈਵ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਸੀ। ਔਰ ਇਹਦੇ ਵਿੱਚ ਅਸੀਂ ਇਸ ਗੱਲੋਂ ਥੋੜ੍ਹਾ ਜਿਹਾ ਮੁਤਮਈਨ ਹਾਂ ਜੀ ਕਿ ਜਿਹੜਾ ਮਰਜ਼ੀ ਕੋਈ ਚਲਾ ਲਵੇ ਜੀ, ਆਮ ਤੌਰ ਦੇ ਉੱਪਰ ਹੁੰਦਾ ਕਿ ਚੈਨਲ ਜਿਹੜੇ ਇੱਕ ਦੂਜਿਆਂ ਨੂੰ ਨਹਿਰਾ ਝੱਕਦੇ ਹੁੰਦੇ ਜੀ, ਇੱਥੇ ਉਹ ਕੋਈ ਸਮੱਸਿਆ ਵਾਲੀ ਗੱਲ ਨਹੀਂ ਸੀਗੀ। ਕਈ ਵਾਰੀ ਹੁੰਦਾ ਵੀ ਜੇ ਕਿਸੇ ਨੇ ਫੀਡ ਲੈਣੀ ਆ ਜੀ, ਸਾਡਾ ਲੋਗੋ ਉੱਥੇ ਜ਼ਰੂਰ ਲਗਾ ਹੋਵੇ, ਸਾਡੇ ਇੱਥੇ ਵੀ ਕੋਈ ਲੜਾਈ ਨਹੀਂ ਸੀਗੀ। ਜੇ ਕਿਸੇ ਨੂੰ ਕਲੀਨ ਫੀਡ, ਇੱਕ ਜਿਹੜੀ ਆ ਫੀਡ ਬਿਲਕੁਲ ਕਲੀਨ ਜਾ ਰਹੀ ਆ। ਔਰ ਅਸੀਂ ਆਪ ਬੇਨਤੀ ਕੀਤੀ ਰਾਤੀ ਫੇਸਬੁੱਕ 'ਤੇ ਵੀ ਪਾਇਆ ਕਿ ਭਾਈ ਜੇ ਕਿਸੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ, ਆਪਣੇ YouTube ਚੈਨਲ ਦੇ ਉੱਪਰ, ਜਾਂ ਫਿਰ ਆਪਣੇ ਟੈਲੀਵਿਜ਼ਨ ਚੈਨਲ ਦੇ ਉੱਪਰ ਟੈਲੀਕਾਸਟ ਕਰਨਾ ਚਾਹੁੰਦੇ ਨੇ, ਸਾਨੂੰ ਫੋਨ ਕਰੋ, ਅਸੀਂ ਉਹ ਲਿੰਕ ਜਿਹੜਾ ਤੁਹਾਨੂੰ ਭੇਜ ਦਿਆਂਗੇ। ਨਹੀਂ ਤਾਂ ਕਈ ਵਾਰੀ ਜੋ ਸੱਜੇ ਖੱਬਿਓਂ ਜਦੋਂ ਚੱਕ ਚੁੱਕੇ ਪਾਉਂਦੇ ਆ ਉਹਦੀ ਜਿਹੜੀ ਆ ਕੁਆਲਿਟੀ ਉਹ ਨਹੀਂ ਰਹਿੰਦੀ। ਸੋ ਮੇਨ ਮਕਸਦ ਇਹ ਸੀਗਾ ਕਿ ਇਹ ਜਿਹੜਾ ਨਗਰ ਕੀਰਤਨ ਆ ਉਹ ਦੁਨੀਆ ਦੇ ਹਿੱਸੇ, ਹਰ ਹਿੱਸੇ ਦੇ ਵਿੱਚ ਜਿੱਥੇ ਮੁਨਾਸਬ ਆ ਉੱਥੇ ਪਹੁੰਚੇ, ਕਿਉਂਕਿ ਇਹ ਨਗਰ ਕੀਰਤਨ ਜਿਹੜੇ ਆ ਸਾਡੀ ਸਥਾਪਤੀ ਵਾਸਤੇ ਬਹੁਤ ਜ਼ਰੂਰੀ ਨੇ। ਔਰ ਜੇ ਆਪਾਂ ਕੈਨੇਡਾ ਦੀ ਪੋਲੀਟਿਕਸ ਦੇ ਵਿੱਚ ਸਿੱਖਾਂ ਦੀ ਚੜ੍ਹਦੀ ਕਦਰ ਦੀ ਗੱਲ ਕਰਦੇ ਹਾਂ, ਉਹਨਾਂ ਦਾ ਇੱਕ ਵੱਡਾ ਯੋਗਦਾਨ ਜਿਹੜਾ ਆ ਉਹ ਇਹਨਾਂ ਨਗਰ ਕੀਰਤਨਾਂ ਦਾ ਵੀ ਆ, ਜਿਹੜੀ ਸਾਡੀ ਹੋਂਦ ਨੂੰ ਦਰਸਾਉਣ ਵਾਸਤੇ ਜਿਹੜੀਆਂ ਵਿਕਾਸਸ਼ੀਲ ਕਮਿਊਨਿਟੀਜ਼ ਨੇ ਇਹਨਾਂ ਮੁਲਕਾਂ ਦੇ ਵਿੱਚ, ਮਾਈਗ੍ਰੇਟਿੰਗ ਕਮਿਊਨਿਟੀਜ਼ ਨੇ, ਉਹ ਜਦੋਂ ਫਿਰ ਇਹ ਆਉਂਦੀਆਂ ਨੇ ਤਾਂ ਸਾਡੇ ਜਿਹੜੇ ਪੋਲੀਟੀਕਲ ਪਾਰਟੀ ਨੇ ਉਹ ਰੈਕੋਗਨਾਈਜ਼
ਸਾਡੀ ਹੋਣ ਨੂੰ ਸਾਡੀ ਵੈਲਿਊ ਨੂੰ ਦੇਖਦੀਆਂ ਨੇ ਸਾਡੇ ਫਿਰ ਪਸੰਦ ਨਾ ਪਸੰਦ ਨੂੰ ਦੇਖਦੀਆਂ ਨੇ ਜਾਂ ਫਿਰ ਇਹ ਤਾਂ ਮੁਲਕ ਹੀ ਬੜਾ ਵਧੀਆ ਜੀ ਜਿੱਥੇ ਹਰ ਧਰਮ ਦਾ ਹਰ ਕੌਮ ਦਾ ਹਰ ਰੰਗ ਦਾ ਹਰ ਭਾਸ਼ਾ ਬੋਲਣ ਵਾਲਾ ਪੂਰੀ ਆਜ਼ਾਦੀ ਦੇ ਨਾਲ ਉਹਦਾ ਨਿੱਘ ਮਾਣ ਸਕਦਾ। ਰਣਧੀਰ ਜੀ ਜਿਵੇਂ ਤੁਸੀਂ ਦੱਸਿਆ ਕਿ ਇਸ ਵਾਰੀ ਜਿਹੜੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੀਗੀਆਂ ਉਹ ਇੱਕ ਦੂਜੇ ਨੂੰ ਪੁੱਛ ਰਹੀਆਂ ਸੀਗੀਆਂ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆਪਾਂ ਕ੍ਰੀਏਟ ਕਰਨਾ ਕਿਸ ਤਰ੍ਹਾਂ ਪ੍ਰਬੰਧ ਕਰਨੇ ਨੇ। ਮੈਂ ਰਿਕਸ਼ਡਲ ਗੁਰੂ ਘਰ ਤੋਂ ਆਇਆ, ਉੱਥੇ ਹਮਿਲਟਨ ਗੁਰੂ ਘਰ ਤੋਂ ਓਕਵੈਲ ਗੁਰੂ ਘਰ ਤੋਂ ਪ੍ਰਬੰਧਕ ਆਏ ਹੋਏ ਸੀਗੇ, ਉਹਨਾਂ ਦੀ ਵੀ ਮੈਂ ਉੱਥੇ ਇੰਟਰਵਿਊ ਕਰੀ ਔਰ ਸਾਰੇ ਬੜਾ ਸਹਿਯੋਗ ਦੇ ਰਹੇ ਨੇ। ਇਸ ਵਾਰੀ ਪਿਛਲੇ ਦਿਨਾਂ ਦੇ ਵਿੱਚ ਟੋਰਾਂਟੋ ਡਾਊਨਟਾਊਨ ਨਗਰ ਕੀਰਤਨ ਹੋਇਆ, ਕਿੰਨਾ ਵਧੀਆ ਮੌਸਮ ਸੀਗਾ, ਕਿੰਨੇ ਲੋਕ ਉੱਥੇ ਪਹੁੰਚੇ ਹੋਏ ਸੀਗੇ, ਸਾਰਾ ਰਿਕਾਰਡ ਟੁੱਟਿਆ। ਬਹੁਤ ਸਾਰੀਆਂ ਜਿਹੜੀਆਂ ਖਾਣ ਪੀਣ ਦੀਆਂ ਵੀ ਉੱਥੇ ਲੱਗੀਆਂ ਹੋਈਆਂ ਸੀਗੀਆਂ ਸਟਾਲਾਂ। ਇਸ ਵਾਰੀ ਰੈਸ਼ਨਲ ਗੁਰੂ ਘਰ ਦੇ ਵਿੱਚ 60 ਦੇ ਕਰੀਬ ਟੈਂਟ ਲੱਗੇ ਹੋਏ ਨੇ ਲੰਗਰ ਦੇ। ਹੋਰ ਕੀ ਕਹਿਣਾ ਚਾਹੋਗੇ ਨਗਰ ਕੀਰਤਨ? ਬਿਲਕੁਲ ਜੀ, ਕਿਉਂਕਿ ਦਰਅਸਲ ਕੀ ਆ ਕਿ ਇੱਕ ਦਰਅਸਲ ਵਾਲੇ ਦੁਆਲੇ ਮਾਹੌਲ ਇੱਕ ਤੁਸੀਂ ਵੀ ਮਹਿਸੂਸ ਕੀਤਾ ਹੋਣਾ, ਕੁਝ ਕੁ ਤਾਕਤਾਂ ਨੇ ਜਿਹੜੀਆਂ ਘੱਟੋ ਘੱਟ ਪੰਜਾਬੀ ਜਾਂ ਫਿਰ ਸਿੱਖ ਕਮਿਊਨਿਟੀ ਦੀ ਪਰਟੀਕੁਲਰਲੀ ਜਿਹੜੀ ਕੈਨੇਡਾ ਦੇ ਵਿੱਚ ਚੜ੍ਹਾਈ ਆ ਨਾ, ਉਹਨੂੰ ਦੇਖ ਕੇ ਬੜਾ ਗਲੂਟ ਜਿਹਾ ਫਿਰਦਾ। ਮੈਂ ਇੱਕ ਕਹਿੰਦਾ ਹੁੰਦਾ ਵੀ ਸਾਡੀ ਦਾਲ ਨਹੀਂ ਸਾਂਝੀ ਪਰ ਸਾਡੀ ਗਾਲ ਸਾਂਝੀ ਆ। ਜਦੋਂ ਕੋਈ ਗਾਲ ਕੱਢਦਾ ਨਾ, ਉਹ ਜੇ ਤੁਹਾਨੂੰ ਵੀ ਕੱਢੂਗਾ ਉਹ ਮੈਨੂੰ ਵੀ ਉਨੀ ਲੱਗਣੀ ਹੈ। ਹੁਣ ਥੋੜ੍ਹਾ ਥੋੜ੍ਹਾ ਮਹਿਸੂਸ ਕਰਨਾ ਸਾਡੇ ਲੋਕਾਂ ਨੇ ਸ਼ੁਰੂ ਕੀਤਾ ਆ, ਸ਼ਾਇਦ ਉਸੇ ਹੀ ਚੀਜ਼ ਦਾ ਆਹ ਰਿਜ਼ਲਟ ਆ ਵੀ ਅਸੀਂ ਸਾਰੇ ਇਕੱਠੇ ਹੋ ਕੇ ਵੀ ਬਥੇਰੇ ਲੜ ਲਿਆ ਯਾਰ, ਬਗੈਰ ਗੱਲੋਂ ਇੱਕ ਦੂਜੇ ਨਾਲ ਸਿੰਕ ਫਸਾਈ ਜਾਂਦੇ ਹਾਂ, ਇੱਕ ਦੂਜੇ ਨਾਲ ਨਹਿਰੀਆਂ ਵੱਟ ਵੱਟ ਕੇ ਝਾਕੀ ਜਾਂਦੇ ਹਾਂ, ਜਾਂ ਫਿਰ ਦਰਅਸਲ ਮੈਜੋਰਿਟੀ ਇਹੀ ਹੁੰਦੀ ਹੈ ਜੀ। ਜਦੋਂ ਅਸੀਂ ਇਹ ਸਾਰਾ ਕੁਛ ਹੁਣ ਕਰਕੇ ਦੇਖ ਲਿਆ, ਹੁਣ ਅਸੀਂ ਲੱਗਦਾ ਕਿ ਟਿਕਾਣੇ ਆ ਜਾਵਾਂਗੇ, ਨਹੀਂ ਤਾਂ ਦੁਸ਼ਮਣ ਜਿਹੜਾ ਜੀ ਉਹਨੇ ਸੰਗੀ ਨੂੰ ਹੱਥ ਪਾ ਲੈਣਾ ਜੇ ਹਾਲੇ ਵੀ ਨਾ ਸੰਭਲੇ। ਔਰ ਬਹੁਤੇ ਧਰਿਆਂ ਜਿਹੜੀਆਂ ਨੇ ਜੀ, ਭਾਵੇਂ ਉਹ ਵਿਚਾਰਧਾਰਕ ਤੌਰ ਦੇ ਉੱਪਰ ਵਖਰੇਵੇਂ ਹੈਗੇ ਆ ਜੀ, ਵਖਰੇਵੇਂ ਰਹਿਣੇ ਵੀ ਚਾਹੀਦੇ ਨੇ, ਪਰ ਜਦੋਂ ਕੌਮੀ ਜਜ਼ਬੇ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਇੱਕ ਥਾਂ ਇਕੱਠੇ ਹੋਣਾ ਚਾਹੀਦਾ। ਔਰ ਸ਼ਾਇਦ ਇਸੇ ਕਰਕੇ ਸਾਰੀਆਂ ਕਮੇਟੀਆਂ ਵੀ ਇਕੱਠੀਆਂ ਨੇ, ਸੰਗਤ ਵੀ ਇਕੱਠੀ ਆ, ਨੁਕਤਾ ਚੀਨੀ ਨਾਲੋਂ ਵੀ ਉਹ ਆਪਾਂ ਬਹਿ ਕੇ ਸੱਜੇ ਖੱਬੇ ਸੁਧਾਰ ਲਾਂਗੇ ਘੱਟੋ ਘੱਟ। ਆਪਾਂ ਹੁਣ ਇੰਨਾ ਮਾਹੌਲ ਵਧੀਆ ਬਣਿਆ ਵੀ ਇੱਕ ਦੂਜੀ ਗੱਲ ਸੁਣਨ ਲੱਗ ਪਏ ਆ, ਅੱਜ ਤੋਂ 5-7 ਸਾਲ ਪਹਿਲਾਂ ਤਾਂ ਸੁਣਦੇ ਨਹੀਂ ਹੁੰਦੇ ਸੀਗੇ। ਸੋ ਇਹ ਸਾਰੇ ਕਾਸੇ ਦਾ ਜਿਹੜੀ ਇਹ ਆਊਟਪੁੱਟ ਜਿਹੜੀ ਵਧੀਆ ਨਿਕਲੀ ਆ ਕਿ ਇੰਨਾ ਖੂਬਸੂਰਤ ਮੌਸਮ ਦੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਜੀ। ਬਿਲਕੁਲ ਰਣਧੀਰ ਸਿੰਘ ਜੀ, ਆਪਾਂ ਦੇਖ ਰਹੇ ਹਾਂ ਮੌਸਮ ਕਿੰਨਾ ਸਾਫ਼ ਹੈ ਔਰ ਸੰਗਤਾਂ ਦੋਵੇਂ ਪਾਸੇ ਸੜਕ ਦੇ ਬੜੇ ਵਧੀਆ ਢੰਗ ਦੇ ਨਾਲ ਉਹ ਡਿਸਿਪਲਨ ਦੇ ਵਿੱਚ ਖੜ੍ਹੇ ਹੋਏ ਨੇ। ਆਪਣੇ ਬੈਕ ਸਾਈਡ 'ਤੇ ਗੁਰੂ ਮਹਾਰਾਜ ਸਾਹਿਬ ਦੀ ਪਾਲਕੀ ਸਾਹਿਬ ਆ ਰਹੀ ਆ ਔਰ ਸੰਗਤ ਬੈਕ ਸਾਈਡ 'ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਵੀ ਆ ਰਹੀ ਹੈ, ਹੈ ਨਾ। ਔਰ ਜਿਵੇਂ ਪਹਿਲਾਂ ਕਿ ਸੇਫਟੀ ਨੂੰ ਕੇ ਰੈਸ਼ਨਲ ਗੁਰੂ ਘਰ ਮੈਂ ਦੇਖ ਕੇ ਆਇਆ, ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਉੱਥੇ, ਐਂਬੂਲੈਂਸ ਸਿਟੀ ਵੱਲੋਂ ਪ੍ਰੋਵਾਈਡ ਕਰਾਈ ਗਈ ਆ ਔਰ ਉਹਨਾਂ ਦੇ ਆਪਣੇ ਵਲੰਟੀਅਰ ਜਿਹੜੇ ਔਰਗੇਨਾਈਜ਼ਰ ਸੀਗੇ ਉਹਨਾਂ ਨੇ ਵੀ ਦੱਸਿਆ, ਕਹਿੰਦੇ ਇਸ ਵਾਰ ਸਾਨੂੰ ਕੋਈ ਬਹੁਤੀ ਦਿੱਕਤ ਨਹੀਂ ਆ ਰਹੀ, ਅਸੀਂ ਤੁਰ ਫਿਰ ਕੇ ਦੇਖ ਰਹੇ ਹਾਂਗੇ। ਪਹਿਲਾਂ ਤਾਂ ਸਾਨੂੰ ਇਹ ਹੁੰਦਾ ਸੀਗਾ ਕਿਤੇ ਨਾ ਕਿਤੇ ਕੋਈ ਘਟਨਾ ਨਾ ਘਟ ਜਾਵੇ, ਪਰ ਐਤਕੀ ਸਿਟੀ ਵੱਲੋਂ ਕਾਫੀ ਬੰਦੇ ਪ੍ਰੋਵਾਈਡ ਕਰਾਏ ਗਏ। ਦੋ ਚੀਜ਼ਾਂ ਜੀ ਸਾਡੇ ਫਿਕਰਮੰਦੀ ਵਾਲੀ ਗੱਲ ਆ, ਜਿਹੜੀਆਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਘਟਨਾ ਵਾਪਰ, ਜਿਹਦੇ ਵਿੱਚ ਮੁਸਲਿਮ ਕਮਿਊਨਿਟੀ ਨੂੰ ਸ਼ਿਕਾਇਤ ਆ ਗਿਆ, ਕ੍ਰਿਸਚਨ ਕਮਿਊਨਿਟੀ ਨੂੰ ਜਿਹੜਾ ਸੀਗਾ ਸ਼ਾਹੀ ਭਾਈਚਾਰੇ ਨੂੰ ਸ਼੍ਰੀਲੰਕਾ ਦੇ ਵਿੱਚ, ਇੱਕ ਇਸ ਨਗਰ ਕੀਰਤਨ ਚਾਹੇ ਉਹ ਪਿਛਲਾ ਨਗਰ ਕੀਰਤਨ ਚਾਹੇ ਉਹਦੇ ਵਿੱਚ ਵੀ ਕਹਿ ਲਓ ਇੱਕ ਫਿਕਰ ਸੀਗਾ ਸਾਰਿਆਂ ਦੇ ਵਿੱਚ ਹੀ, ਜੇ ਕੋਈ ਇੱਥੇ ਸਾਡੇ ਵੱਡੇ ਇਕੱਠ ਦੇ ਵਿੱਚ ਆ ਕੇ ਅਤੇ ਕੋਈ ਉਹੋ ਜਿਹਾ ਕਮਲਾ ਸਿਰ ਫਿਰਿਆ ਵੜ ਜਾਂਦਾ ਜੀ, ਸਾਨੂੰ ਟਾਰਗੇਟ ਕਰਨਾ ਬਹੁਤ ਸੌਖਾ ਆ ਵੀ ਇਹਦੇ ਬਾਰੇ ਵੀ ਆਪਾਂ ਚੁਕੰਨੇ ਰਹੀਏ। ਜੇ ਕਿਤੇ ਕੋਈ ਇਹੋ ਜਿਹਾ ਕੋਈ ਸਸਪੀਸ਼ੀਅਸ ਚੀਜ਼ ਦੇਖਦਾ ਆ, ਅਤੇ ਕਿਉਂਕਿ ਡਰ ਹਮੇਸ਼ਾ ਰਹਿੰਦਾ ਜੀ, ਪ੍ਰਿਕੋਸ਼ਨਰੀ ਮੈਜਰ ਜਿਹੜੇ ਨੇ ਉਹ ਜ਼ਰੂਰ ਲੈਣੇ ਚਾਹੀਦੇ ਵੀ ਆ ਜੀ। ਔਰ ਜਿਹੜੇ ਵੱਖਵਾਦੀ ਤਾਕਤਾਂ ਨੇ ਜਿਨ੍ਹਾਂ ਦਾ ਕੰਮ ਹੀ ਸਿਰਫ ਇਹ ਆ ਵੀ ਮਨੁੱਖਤਾ ਦੇ ਵਿੱਚ ਇੱਕ ਡਰ ਦਾ ਇੱਕ ਸਹਿਮ ਦਾ ਮਾਹੌਲ ਪੈਦਾ ਕਰਕੇ ਰੱਖਣਾ, ਤਾਂ ਕਿ ਉਹ ਉਸ ਡਰ ਸਹਿਮ ਦੇ ਵਿੱਚੋਂ ਜਿਹੜਾ ਜੀ ਜੋ ਕੁਝ ਉਹ ਕਰਨਾ ਚਾਹੁੰਦੇ ਗੇਨ ਕਰਨਾ ਚਾਹੁੰਦੇ ਨੇ ਉਹ ਗੇਨ ਕਰ ਸਕਣ। ਸੋ ਇਹ ਸਾਰਾ ਕੁਝ ਜਿਹੜਾ ਆ ਉਹ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ ਜੀ, ਇਹ ਤੋਂ ਜਿਹੜੀ ਆ ਉਹ ਹੋ ਸਕਦੀ। ਆਪਣੇ ਟੋਰਾਂਟੋ ਦੇ ਮੀਡੀਆ ਨੇ ਵੀ ਬੜਾ ਸਾਥ ਦਿੱਤਾ, ਪ੍ਰਬੰਧਕਾਂ ਨੇ ਵਾਰੀ ਵਾਰੀ ਸਾਰੇ ਰੇਡੀਓ ਸਟੇਸ਼ਨਾਂ ਦੇ ਉੱਪਰ, ਟੀਵੀ ਚੈਨਲਾਂ ਦੇ ਉੱਪਰ, ਅਖਬਾਰਾਂ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਕਿ ਤੁਸੀਂ ਖਾਸ ਕਰਕੇ ਜਿਹੜੀ ਸੇਫਟੀ ਦੀ ਤੁਸੀਂ ਗੱਲ ਕੀਤੀ ਆ ਨਾ ਉਹਦਾ ਜ਼ਰੂਰ ਖਿਆਲ ਰੱਖਣਾ ਗਾ। ਬੜੀਆਂ ਮੰਦਭਾਗੀ ਜਿਹੜੀਆਂ ਘਟਨਾਵਾਂ ਸੀਗੀਆਂ, ਨਿਊਜ਼ੀਲੈਂਡ ਵਾਲੀ ਹੋ ਗਈ ਜਾਂ ਸ਼੍ਰੀਲੰਕਾ ਵਾਲੀ ਹੋ ਗਈ, ਸੋ ਇੱਦਾਂ ਦੀਆਂ ਘਟਨਾਵਾਂ ਆਪਾਂ ਸਿੱਖ ਕੌਮ ਤਾਂ ਹਮੇਸ਼ਾ ਹੀ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਕਰਦੀ ਆ। ਔਰ ਆਪਾਂ ਆਪਣੇ ਟੀ ਵੀ ਚੈਨਲ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜ਼ਰੂਰ ਤੁਹਾਨੂੰ ਜਿਹੜਾ ਦੇਖਣਾ ਚਾਹੀਦਾ ਗਾ, ਆਸੇ ਪਾਸੇ ਚੁਕੰਨੇ ਰਹਿਣਾ ਚਾਹੀਦਾ ਗਾ।
तो साढ़े नाल कुछ साढ़े सिंह भी जुड़े हुए ने, असं उन्होंने नाल भी गलबात करांगे। भाई साहब वाहेगुरू जी का खालसा श्री वाहेगुरू जी की वाहेगुरू जी का खालसा वाहेगुरू जी फतेह। ਵਾਹਿਗੁਰੂ ਜੀ ਕਾ ਖਾਲਸਾ ਕਿੱਦਾਂ ਦਾ ਮਾਹੌਲ ਅੱਜ ਦੇਖਣ ਨੂੰ ਮਿਲ ਰਿਹਾ ਟੋਰਾਂਟੋ ਦੇ ਨਗਰ? ਮਾਹੌਲ ਬਹੁਤ ਵਧੀਆ ਜੀ, ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ, ਸੰਗਤਾਂ ਬਹੁਤ ਜੁੜੀਆਂ ਨੇ ਨਗਰ ਕੀਰਤਨ ਦੇ ਵਿੱਚ। ਐਜ਼ ਯੂਜ਼ਲੀ ਸਾਨੂੰ 4 ਸਾਲ ਹੋ ਗਏ ਨੇ ਨਗਰ ਕੀਰਤਨ ਜਹਾਜ ਜੀ ਭਰਦਿਆਂ, ਅਸੀਂ ਵੀ ਸਟੂਡੈਂਟ ਆਏ ਸੀਗੇ, ਪਰ 4 ਸਾਲ ਤੋਂ ਦੇਖ ਰਹੇ ਹਾਂ ਕਿ ਜਦੋਂ ਵੀ ਨਗਰ ਕੀਰਤਨ ਹੁੰਦਾ ਗੁਰੂ ਸਾਹਿਬ ਚੜ੍ਹਦੀ ਕਲਾ ਸੰਗਤਾਂ ਦੀ ਸਾਰਿਆਂ ਦੀ, ਗੁਰੂ ਸਾਹਿਬ ਕਿਰਪਾ ਕਰਦੇ ਨੇ ਸਾਰਿਆਂ ਨੂੰ ਉਤਸ਼ਾਹ ਉਦਮ ਬਖਸ਼ ਕੇ ਨਗਰ ਕੀਰਤਨ ਦੇ ਜਹਾਜ ਜੀ ਭਰਨ ਲਈ। ਮਹਾਰਾਜ ਪ੍ਰੇਰਦੇ ਨੇ, ਸੰਗਤਾਂ ਪ੍ਰੇਰਦੀਆਂ ਨੇ, ਹੋਰ ਵੀ ਗੁਰਮੁਖ ਪਿਆਰੇ ਜਿਹੜੇ ਨੇ ਸੇਵਾ ਕਰਦੇ ਨੇ, ਸੋ ਸੰਗਤਾਂ ਦਾ ਖੂਬ ਇਕੱਠ ਵੇਖਣ ਨੂੰ ਮਿਲ ਰਿਹਾ, ਸੋ ਬੜੀ ਕਿਰਪਾ ਹੈ ਮਹਾਰਾਜ ਦੀ। ਸੋ ਮਹਾਰਾਜ ਇਸੇ ਤਰ੍ਹਾਂ ਆਪਣਾ ਮੇਰਾ ਭਰਿਆ ਹੱਥ ਸਾਰੀ ਸੰਗਤ 'ਤੇ ਰੱਖਣ, ਗੁਰੂ ਸਾਹਿਬ ਨਾਮ ਦਾ ਖੀ ਜਿਉਣ ਸਾਰੀਆਂ ਸੰਗਤਾਂ ਨੂੰ ਬਖਸ਼ਣ। ਸੋ ਬੜੀ ਚੜ੍ਹਦੀ ਕਲਾ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਤੁਸੀਂ ਦਰਸ਼ਕੋ ਦੇਖ ਰਹੇ ਹੋ ਕਿ ਮੇਰੇ ਬੈਕ ਸਾਈਡ 'ਤੇ ਬਿਲਕੁਲ 5 ਪਿਆਰੇ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਆ ਰਹੇ ਨੇ, ਔਰ ਲੋਕ ਦੇਖੋ ਤੁਸੀਂ ਕਿਵੇਂ ਕਤਾਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਲਾਈਨਾਂ ਦੇ ਵਿੱਚ ਖੜ੍ਹੇ ਹੋਏ ਨੇ। ਅਤੇ ਮੇਰੇ ਨਾਲ ਖਾਲਸਾ ਏਡ ਤੋਂ ਭਾਈ ਦਲਵੀਰ ਸਿੰਘ ਜੀ ਨਿੱਜਰ ਇਸ ਵਕਤ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਮਾਹੌਲ ਜਿਹੜਾ ਅੱਜ ਟੋਰਾਂਟੋ ਦੇ ਨਗਰ ਕੀਰਤਨ ਦੇ ਵਿੱਚ ਦੇਖ ਰਹੇ ਨੇ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਸਤਿਗੁਰ ਸਿੰਘ ਜੀ, ਤੁਹਾਨੂੰ ਸਵੇਰ ਦਾ ਅਸੀਂ ਮਿਸ ਬਹੁਤ ਕੀਤਾ ਕਿ ਤੁਸੀਂ ਵੀ ਸਾਡੀ ਇੱਕ ਟੀਮ ਦੇ ਪਾਰਟ ਹੋ, ਅਤੇ ਧੰਨਵਾਦ ਆ ਜੀ, ਕਿਉਂਕਿ ਜਿਹਦੇ ਹੱਥ 'ਚ ਮੈਂ ਕਿ ਜਿਹੜਾ ਪ੍ਰੋਫੈਸ਼ਨ ਉਹਦੇ ਹੱਥ 'ਚ ਹੀ ਸੌਂਪਦਾ। ਅਤੇ ਬਾਕੀ ਆ ਅੱਜ ਦਾ ਜਿਹੜਾ ਮਾਹੌਲ ਆ, ਜਿਹੜਾ ਖਾਲਸਾ ਪ੍ਰਕਾਸ਼ ਦਿਹਾੜੀ ਦਾ ਆਪਾਂ ਮਨਾ ਰਹੇ ਹਾਂ, ਜਿਹੜਾ ਪਹਿਲੇ ਸਾਲਾਂ ਨੂੰ ਡਿਫਰੈਂਟ ਹਟ ਕੇ ਆ। ਮੈਂ ਬਹੁਤ ਸਾਲਾਂ ਤੋਂ ਨਗਰ ਕੀਰਤਨ ਦੇ ਸਿਰ ਵਿੱਚ ਹਰ ਸਾਲ ਆਉਣਾ, ਇੱਕ ਤਾਂ ਕੁਦਰਤ ਮਿਹਰਬਾਨ ਹੈ, ਜਿਹੜਾ ਵੈਦਰ ਮੌਸਮ ਇੰਨਾ ਵਧੀਆ, ਅਤੇ ਦੂਜਾ ਸਾਡੀ ਕਮਿਊਨਿਟੀ ਵੀ ਵਧੀਆ, ਅੱਜ ਦਾ ਇੰਟਰਨੈਸ਼ਨਲ ਸਟੂਡੈਂਟ ਆ, ਨਵੇਂ ਇਮੀਗ੍ਰਾਂਟ, ਬਹੁਤ ਸਾਰੀ ਪਾਪੂਲੇਸ਼ਨ ਸਾਡੀ ਜੀ ਟੀ ਏ 'ਚ ਵੱਧ ਗਈ ਆ, ਪਰ ਐਕਚੁਲੀ ਡਿਫਰੈਂਟ ਹੀ ਲੋਕ ਕਿਹਾ, ਇੱਦਾਂ ਲੱਗਦਾ ਸੀ ਪੰਜਾਬ ਤੋਂ ਵੀ ਵਧੀਆ ਸ਼ਾਇਦ ਨਗਰ ਕੀਰਤਨ ਇਹ ਆ, ਨੀਲੀਆਂ ਪੀਲੀਆਂ ਪੱਗਾਂ ਚੁੰਨੀਆਂ, ਅਤੇ ਇੰਨਾ ਉਤਸ਼ਾਹ ਸੰਗਤਾਂ ਦੇ ਵਿੱਚ, ਅਤੇ ਬਹੁਤ ਹੀ ਜ਼ਿਆਦਾ ਆ। ਅਤੇ ਸਾਨੂੰ ਵੀ ਪਹਿਲੀ ਵਾਰੀ ਪੀਣ 24 ਨੂੰ ਤਾਂ ਜਿਹੜਾ ਸੁਰਸਾਗਰ ਨੂੰ ਮੌਕਾ ਮਿਲਿਆ ਸੇਵਾ ਦਾ, ਅਤੇ ਸਾਡਾ ਵੀ ਮਨ ਬੜਾ ਗਦਗਦ ਆ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ, ਅਤੇ ਇਸੇ ਤਰ੍ਹਾਂ ਹੀ ਸਾਨੂੰ ਮਾਣ ਬਖਸ਼ੇ ਅਤੇ ਨੀਵੇਂ ਹੋ ਕੇ ਰਹੀਏ, ਅਤੇ ਹਮੇਸ਼ਾ ਸੰਗਤ ਦੇ ਗੁਰੂ ਘਰਾਂ ਦੇ ਜਾਂ ਹੋਰ ਵੀ ਜਿੱਦਾਂ ਖਾਲਸਾ ਐਡ ਹੈ, ਅਸੀਂ ਜੇ ਉਹਨਾਂ ਦੇ ਕੋਲ ਥੋੜ੍ਹਾ ਬਹੁਤਾ ਕੰਮ ਆ ਸਕੀਏ। ਇਵੇਂ ਹੀ ਖਾਲਸਾ ਐਡ ਦਾ ਜਿਹੜਾ ਅਸੀਂ ਗਾਲਾ ਕਰਨ ਜਾ ਰਹੇ ਹਾਂ 11 ਮਈ ਨੂੰ 57 ਵੈਂਕਟ ਹਾਲ ਦੇ ਵਿੱਚ, ਅਤੇ PTN 24 ਵੱਲੋਂ ਉਹ ਲਾਈਵ ਵੀ ਦਿਖਾਇਆ ਜਾਊਗਾ, ਅਤੇ ਭਾਈ ਰਵੀ ਸਿੰਘ ਖਾਲਸਾ UK ਤੋਂ ਆ ਰਹੇ ਨੇ, ਅਤੇ ਪੂਰਾ ਟੋਟਲ ਸੋਲਡ ਆਊਟ ਹੋ ਚੁੱਕਾ ਆ। ਅਤੇ ਫਿਰ ਵੀ ਸੰਗਤ ਜਿਹੜੀ ਕੋਈ ਆਉਣਾ ਚਾਹੁੰਦੀ ਆ ਅਤੇ ਰਵੀ ਸਿੰਘ ਖਾਲਸੇ ਦੇ ਵਿਚਾਰ ਸੁਣਨੇ ਚਾਹੁੰਦੀ ਆ, ਕਿਉਂਕਿ ਉਹੋ ਜਿਹੀ ਸੰਸਥਾ ਜਿਹਨੇ ਸਾਡੀ ਸਿੱਖ ਕੌਮ ਦੀ ਪਛਾਣ ਬਣਾਈ ਆ ਵਰਲਡ ਦੇ ਵਿੱਚ। ਸੋ ਬੜਾ ਉਤਸ਼ਾਹ ਆ ਸੰਗਤਾਂ ਦੇ ਵਿੱਚ, ਕਈਆਂ ਬਿਜ਼ਨਸਮੈਨਾਂ ਕੋਲ ਗਏ ਆ, ਉਹ ਕਹਿੰਦੇ ਵੀ ਸਾਡੇ ਧੰਨ ਭਾਗ ਆ, ਤੁਸੀਂ ਸਾਡੇ ਕੋਲੋਂ ਜਿਹੜਾ ਖਾਲਸਾ ਐਡ ਲਈ ਡੋਨੇਸ਼ਨ ਲੈਣਾ ਆ। ਸੋ ਅੱਜ ਜਿਹੜਾ ਦੇਖਣ ਵਾਲਾ ਵੱਖਰਾ ਹੀ ਨਜ਼ਾਰਾ ਆ, ਅਤੇ ਮੈਂ ਫਿਰ ਇੱਕ ਵਾਰੀ ਕਹਿੰਦਾ ਵੀ ਇਹਦੇ ਵਿੱਚ ਮੌਸਮ ਅਤੇ ਕੁਦਰਤ ਦੀ ਬਹੁਤ ਮਿਹਰਬਾਨੀ ਆ। ਜਿਵੇਂ ਤੁਸੀਂ ਵਲੰਟੀਅਰਾਂ ਦੀ ਗੱਲ ਕੀਤੀ ਆ, ਖਾਸ ਕਰਕੇ ਸਟੂਡੈਂਟਾਂ ਦੀ ਗੱਲ ਕੀਤੀ ਆ, ਤਾਂ ਹੰਬਰ ਕਾਲਜ ਦੇ ਤੁਸੀਂ ਜਦੋਂ ਹੁਣ ਭਾਰਖਡੇਲ ਦੇ ਵਿੱਚ ਲਗਭਗ ਪਹੁੰਚ ਚੁੱਕੇ ਹਾਂ, ਗੁਰੂ ਘਰ ਦੇ ਨੇੜੇ ਬਿਲਕੁਲ 2 ਮਿੰਟ ਦੇ ਵਿੱਚ ਉੱਥੇ ਐਂਟਰੀ ਹੋ ਜਾਣੀ ਆ, ਤੁਸੀਂ ਦੇਖੋਗੇ ਕਿ ਜਿਹੜੇ ਵਲੰਟੀਅਰ ਨੇ ਰੈਕਸਡੇਲ ਗੁਰੂ ਘਰ ਦੇ ਸਟੂਡੈਂਟ ਸਪੈਸ਼ਲ, ਉਹਨਾਂ ਦੀ ਜਿਵੇਂ ਇੱਕ ਟਾਸਕ ਫੋਰਸ ਹੁੰਦੀ ਆ, ਹਾਂਜੀ ਉੱਦਾਂ ਉੱਥੇ ਪਹੁੰਚੇ ਹੋਏ ਨੇ ਜੀ। ਭਾਈ ਸਾਹਿਬ ਆ ਜਾਓ ਤੁਸੀਂ ਵੀ ਮੇਰੇ ਕੋਲ, ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ, ਕੀ ਕਹਿਣਾ ਚਾਹੋਗੇ, ਕਿੱਦਾਂ ਦਾ ਜਾਹੋ ਜਲਾਓ ਦੇਖਣ ਨੂੰ ਮਿਲ ਰਿਹਾ ਅੱਜ? ਬਹੁਤ ਵਧੀਆ ਹੈਗਾ, ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ, ਔਰ ਇੱਕ ਸਭ ਤੋਂ ਪਹਿਲਾਂ ਤਾਂ ਆਪਾਂ ਅਕਾਲ ਪੁਰਖ ਪਰਮਾਤਮਾ ਦੀ ਇਹ ਸ਼ੁਕਰਾਨਾ ਕਰੀਏ ਕਿ ਅੱਜ ਜਿਹੜਾ ਮੌਸਮ ਦਿੱਤਾ ਹੈਗਾ ਆ ਪਰਮਾਤਮਾ ਨੇ, ਉਹ ਬਹੁਤ ਵਧੀਆ ਦਿੱਤਾ, ਜਿਸ ਕਰਕੇ ਅੱਜ ਸਾਰਾ ਆਨੰਦ ਜਿਹੜਾ ਹੈਗਾ ਆਪਾਂ ਮਾਣ ਰਹੇ ਹਾਂ, ਔਰ ਚਾਹੇ ਬੱਚਿਆਂ ਦੀ ਗੱਲ ਕਰੀਏ ਅਤੇ ਚਾਹੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ, ਹਰ ਇੱਕ ਪ੍ਰਾਣੀ ਜਿਹੜਾ ਹੈਗਾ ਆ ਇੱਥੇ ਇਸ ਮੌਸਮ ਦੇ ਬਹੁਤ ਉਤਸ਼ਾਹ ਦੇ ਨਾਲ ਬੈਠਾ ਹੋਇਆ। ਔਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਮਾਲਟਨ ਗੁਰੂ ਘਰ ਤੋਂ ਚੱਲਿਆ ਹੋਇਆ ਨਗਰ ਕੀਰਤਨ ਰੈਕਸਡੇਲ ਗੁਰੂ ਘਰ ਦੇ ਵਿੱਚ ਪਹੁੰਚਦਾ ਹੈਗਾ, ਔਰ ਲੋਕ ਸੁਬਾਹ ਤੋਂ ਜਿਹੜੇ ਨੇ ਜੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਗੁਰੂ ਸਾਹਿਬ ਇੱਥੇ ਦਰਸ਼ਨ ਦੇਣਗੇ ਅਤੇ ਸਾਰੀਆਂ ਸੰਗਤਾਂ ਜਿਹੜੀਆਂ ਉਹਨਾਂ ਦਾ ਦਰਸ਼ਨ ਦੀਦਾਰੇ ਕਰਨਗੇ। ਸੋ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਉਸ ਪਰਮਾਤਮਾ ਦਾ ਜਿਹਨਾਂ ਨੇ ਇੰਨਾ ਵਧੀਆ ਸਾਨੂੰ ਮੌਸਮ ਬਖਸ਼ਿਆ, ਔਰ ਉਸ ਤੋਂ ਬਾਅਦ ਜਦੋਂ ਬੱਚਿਆਂ ਦਾ ਜਿਹੜਾ ਜਿਸ ਸਿੱਖੀ ਦੇ ਨਾਲ ਜੁੜੇ ਹੋਏ ਸਕੂਲਸ ਜਿਹੜੇ ਨੇ ਉਹਨਾਂ ਦਾ ਦੇਖਣ ਨੂੰ ਮਿਲਿਆ, ਔਰ ਉਹਦੇ ਨਾਲ ਬਾਕੀਆਂ ਬੱਚਿਆਂ ਨੂੰ ਵੀ ਜਿਹੜਾ ਇੰਸਪੀਰੇਸ਼ਨ ਮਿਲਦੀ ਹੈਗੀ ਆ ਗੁਰਬਾਣੀ ਦੇ ਨਾਲ ਜੁੜਨ ਦੀ, ਔਰ ਗੁਰੂ ਦੀ ਸਿੱਖਿਆ ਦੇ ਨਾਲ ਜੁੜਨ ਦੀਆਂ, ਇਹ ਜਿਹੜੀਆਂ ਉਪਰਾਲੇ ਨੇ ਇਹ ਬਹੁਤ ਜ਼ਰੂਰੀ ਨੇ ਤਾਂ ਕਿ ਜਿਹੜਾ ਸਾਡਾ ਵਿਰਸਾ ਹੈਗਾ ਆ, ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਹੈਗੀ ਆ, ਉਹਨਾਂ ਨੂੰ ਇਸ ਬਾਰੇ ਜਾਣਕਾਰੀ ਵੀ ਮਿਲ ਸਕੇ।
और बिल्कुल जी, और संगतों के जिवें आप देख रहे हैं केसरी दस्तारा रंग बिरंगियां दस्तारा खास करके जिहड़ा साडा युवा वर्ग हैगा आ ओह बहुत वधिया तरीके दे नाल अज सज धज के गुरु दियां खुशियां प्राप्त करन और गुरु दे इस पावन उर्स दे विच आ रहे ने। सो डेफिनेटली बड़ा खुशी का माहौल हैगा आ, सारे पासे कुदरत दा रंग विसर रहा है और आपां भी उस गुरु की जिहड़ी गोद दे विच बैठ के आनंद माण रहे हैं जी। बहुत धन्यवाद। और साढ़े नाल इस टाइम पन्नू साहब जुड़ चुके ने, की कहना चाहोगे पन्नू साहब? हाँ जी, थैंक यू जी, बहुत खुशी आ कि तुम सारे जने रल मिल के प्रोग्राम चला रहे हो और बड़ी खुशी होंगी है जो आप कौमी दिहाड़ा मनाते हैं तो इस वे संगत बहुत वही गिनती जुड़िया तो ब्रिगेडियर नवाब सिंह साढ़े नाल हैं तो मैं चाहूँगा कि भी कुछ दसन जी। खालसा जी दे साजना दिवस दी पहला तुहानू वधाइयां जी, की कहना चाहोगे अज बहुत वड्डी तादाद दे विच जिहड़ी संगत जुड़ी हुई? तुहानू भी बहुत बहुत वधाइयां और मुबारक और पूरे जगत के खालसिआं नू मुबारक। और अज खास करके जिहड़ा नगर कीर्तन है कि मनिया जा रहा ऑलमोस्ट कोई 2 लाख दे नेड़े सिंह सिंघणियां सज के इस नगर कीर्तन च हिस्सा रहे आ और परमात्मा की बड़ी मेहर है कि अज का दिन बहुत सोहना सूरज चढ़िया है और मौसम भी बड़ा वधिया, टैंपरेचर भी बड़ा अच्छा और लोगों ने बहुत हुम हुमा के इस नगर कीर्तन च हिस्सा लिया। और अमूमन नगर कीर्तन जोड़े होंगे डाउन टाउन का जोड़ा होया सी वो भी बड़ा अच्छा नगर कीर्तन सी, पर उस दिन थोड़ा मौसम घट थोड़ा ठंडा होने करके मेरे ख्याल वो उन्नी संगत नहीं उत पहुँच सकी कि जिनी इस नगर कीर्तन से पहुँची है। और इस नगर कीर्तन का खास करके स्टूडेंट्स का बहुत बड़ा उत्साह है और स्टूडेंट की पार्टिसिपेशन बहुत वड्डी है, बड़ा पॉजिटिव चीज़ है कि स्टूडेंट पंजाब तो जिहड़ा चंगा कल्चर हैगा सिखी नूं संभालण दा कल्चर और सिखी ते विश्वास करन दा कल्चर उन्हूं लैके आए हैं, बड़ी खुशी होंदी है। बहुत बहुत धन्यवाद जी। और मेरे नाल इस टाइम सुरसागर दे जिहड़े करता तरता ने अब वो ने हुण मैं माइक इन्हां नूं देवांगा जानकारी देणगे। नगर कीर्तन लगभग रक्षदेल गुरु घर दे विच पहुँच चुकेगा और संगतां तुसीं देख रहे हो आसे पासे दोवें सड़क के दोवें पासां ते बड़े डिसिपलन दे विच श्री गुरु ग्रंथ साहिब जी नूं नतमस्तक होण दे लई खड़ियां ने और नाल दी नाल बहुत सारे सताल आ जिहड़े वह भी लगे। पन्नू साहब थैंक यू जी, थैंक यू जी, बहुत बहुत मेहरबानी। लाओ असीं आप जी का बहुत बहुत धन्यवाद करते हैं PTN 24 ते SS टैलीविजन चैनल, जिवें आप जी नूं पता है कि लंबे समय का सुरसागर रेडियो ते टैलीविजन चल रहा है। सो इस संदर्भ दे विच जिहड़े भी इस वेले साडा प्रोग्राम वेख रहे हैं जां रेडियो ते सुन रहे हैं असीं उन्हां नूं वेलकम कहिंदे हां। सो इस वेले मेरी ड्यूटी लगी है कि मैं उत्थों तीक गुरद्वारा साहब तक प्रोग्राम नूं कंडक्ट करा। सो बहुत बहुत धन्यवाद वीर जी तुहाडा, बहुत वधिया मैं प्रोग्राम वेखदा रहा कंटीन्यूअसली। लो रजनी शर्मा जी साडे नाल, शर्मा जी भैन जी की कहना चाहते हैं? मैं जी सारियां नूं इह खालसा डे दी बहुत बहुत बधाई देना चाहनी है कि हर साल यह प्रोग्राम बहुत वधिया आंदा ते बहुत वधिया सारा ही देखो संगत किद्दां आई हुई है, हुम हुमा के दूरों दूरों सारे पासे सवेर दे लोकी इंतजार च खड़े है और सुरसागर रेडियो भी हमेशा TV इहनूं कवर करदा है ते अज आ देखो सारे TV चैनलां दे उत्ते खालसा परेड खालसा परेड हो रही है जी। सारे नूं वधाई बहुत बहुत फेरे। थैंक यू भैन जी रजनी शर्मा जी, बहुत बहुत धन्यवाद जी, बहुत बहुत शुक्रिया। ब्रिगेडियर साहब किस तरह तुहानू महसूस हो रहा है क्योंकि एडा वधिया दिन मैं महसूस कर रहा ही, पहलों भी ठंड तो बाद भी ठंड, अज का दिन जिहड़ा वा महाराज ने बड़ा वधिया बनाया, इस दे प्रति तुसीं की महसूस करदे हो, की कहना चाहोगे? कुदरती रंग आ जां कोई रियली इहनू आपां साइंटिफिकली कह सकते हैं? नहीं, इन्ने लोकां दी भावना होवे तां मेरे ख्याल साइंटिफिकली भी ट्रू हो जाता। वैसे पिछले जे 3-4 दिन देख लिए ठंड सीगी और अगले 2-3 दिन वेखिए फिर बारिश हो रही है और काफ़ी ठंड है और अज का दिन परमात्मा ने किस तरह सवेर तो लैके 11 डिग्री तो टैंपरेचर शुरू हो के हुण शायद 17 डिग्री सैल्सीयस है और बड़ी अच्छी धुप है, उहदे नाल इह है कि एक पिकनिक का माहौल, एक खुशी का माहौल, एक मेले का माहौल और एक इहो जिहा माहौल कि खालसा अपना जन्मदिन नूं सैलीबरेट कर ले जड़े सूरज दे विच अज सैलीबरेट कर रहा और लोगों के चेहरे च खुशी है और लोगों के चेहरे च जज्बा है, लोगों के चेहरे च मोटिवेशन है और यंग बच्चे इन्हों एग्जाम्पल दे रहे हैं, खासकर जोड़े स्टूडेंट आए पंजाब तो उन्होंने अपनी दरसार सजा के सिखी स्वरूप से आ के वो जरा मोटिवेशन इतों के बच्चों दे रहे हैं, इतों के जमपल बच्चों दे रहे हैं, मेरे ख्याल वो इस नगर कीर्तन का सब तो व्डा मैसेज है। वेखो निका जहा सिंह जी सरदार
ਦੇ ਅਸੀਂ ਪਿਤਾ ਜੀ ਦੇ ਨਾਲ ਗੱਲਬਾਤ ਕਰਾਂਗੇ। ਬਹੁਤ ਖੂਬ ਆ ਜੀ। ਸੋ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ? ਔਰ ਮੈਨੂੰ ਜ਼ਿਆਦਾ ਬੱਚਾ ਸਾਲ ਤੋਂ ਛੋਟਾ ਹੋਵੇ। ਹਾਂਜੀ, ਇਹ 7 ਕੁ ਮਹੀਨਿਆਂ ਦਾ ਜੀ। ਅੱਛਾ ਜੀ। ਹਾਂਜੀ, ਪਾਕਵਾਨ ਕਿਹਾ ਜੀ, ਜਿੱਦਾਂ ਬਹੁਤ ਹੋਣਾ ਲੱਗਿਆ ਮੈਨੂੰ। ਕੀ ਬਣਾ ਪਾਇਆ? ਹਾਂਜੀ, ਹਾਂਜੀ, ਬਹੁਤ ਵਧੀਆ ਬੱਚਾ ਲੱਗਦਾ ਜੀ। ਮਹਾਰਾਜ ਨਜ਼ਰ ਨਾਲ ਆਵੇ, ਵੱਡੀ ਉਮਰ ਕਰੇ, ਹੈਂ, ਔਰ ਸਿੱਖ ਕੌਮ ਦਾ ਵਧੀਆ ਐਨ ਪਹਿਰੇਦਾਰ ਹੋਵੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਕਿਹੜਾ ਇਲਾਕਾ ਜੀ ਆਪਣਾ? ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ? ਅਸੀਂ 7 ਸਾਲ ਤੋਂ ਰਹਿ ਰਹੇ ਹਾਂ। ਹਰ ਸਾਲ ਆਉਂਦੇ ਹੋ? ਹਾਂਜੀ, ਹਰ ਸਾਲ ਆਉਂਦੇ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਸਾਡੀ ਜਿਹੜੀ ਆ ਬ੍ਰਿਗੇਡੀਅਰ ਸਾਹਿਬ, ਆਪਾਂ ਨੂੰ ਧਿਆਨ ਰੱਖਣਾ ਪਵੇਗਾ ਕਿਉਂਕਿ ਗੱਡੀ ਦੇ ਨਾਲ ਹਾਂਜੀ ਯੰਗ ਬੱਚੇ ਆ ਜੀ। ਬੇਟਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਹੜੀ ਕਲਾਸ 'ਚ ਪੜ੍ਹਦੇ ਹੋ? 4th। ਵੈਰੀ ਗੁੱਡ ਜੀ। ਹਰ ਸਾਲ ਆਉਂਦੇ ਮੰਮੀ ਡੈਡੀ ਲੈ ਕੇ ਤੁਹਾਨੂੰ? ਹਾਂਜੀ। ਵੈਰੀ ਗੁੱਡ। ਕਿਹੜੇ ਸਕੂਲੇ ਪੜ੍ਹਦੇ? ਮੋਟਨ ਪਬਲਿਕ ਸਕੂਲ। ਬਹੁਤ ਅੱਛਾ, ਬਹੁਤ ਬਹੁਤ ਧੰਨਵਾਦ ਜੀ। ਜਦੋਂ ਬੱਚਿਆਂ ਨੂੰ ਆਪਾਂ ਇੱਦਾਂ ਸਿੱਖੀ ਸਰੂਪ ਦੇ ਵਿੱਚ ਵੇਖਦੇ ਹਾਂ ਤਾਂ ਬਹੁਤ ਵਧੀਆ ਲੱਗਦਾ। ਵੀਰ ਜੀ, ਕੀ ਕਹਿਣਾ ਚਾਹੋਗੇ ਜਦੋਂ ਬੱਚਿਆਂ ਨੂੰ ਤੁਸੀਂ ਸਿੱਖੀ ਸਰੂਪ ਦੇ ਵਿੱਚ ਵੇਖਦੇ ਹੋ? ਬਿਲਕੁਲ ਜੀ, ਬਹੁਤ ਅੱਛਾ ਲੱਗਦਾ ਹੈਗਾ ਆ, ਕਿਉਂਕਿ ਇਹੀ ਸਾਡੀ ਜਿਹੜੀ ਯੁਵਾ ਸ਼ਕਤੀ ਹੈ, ਇਹਨਾਂ ਨੇ ਅੱਗੇ ਚੱਲ ਕੇ ਸਾਡਾ ਜਿਹੜਾ ਭਵਿੱਖ ਬਣਨਾ ਹੈਗਾ। ਔਰ ਜਦੋਂ ਬੱਚਿਆਂ ਨੂੰ ਆਪਾਂ ਸਿੱਖੀ ਸਰੂਪ ਦੇ ਵਿੱਚ ਦੇਖਦੇ ਹਾਂ, ਔਰ ਖਾਸ ਤੌਰ 'ਤੇ ਜਿਹੜਾ ਅੱਜ ਦੀ ਮੌਕੇ ਦੀ ਗੱਲ ਕਰੀਏ, ਕਿਉਂਕਿ ਇਹਨਾਂ ਦੇ ਨਾਲ ਪ੍ਰੇਰਣਾ ਮਿਲਦੀ ਹੈ ਜਦੋਂ ਆਪਾਂ ਗੁਰੂ ਦੀਆਂ ਜਿਹੜੀਆਂ ਫੌਜਾਂ ਆ, ਜਾਂ ਬੱਚੇ ਦੇਖਦੇ ਨੇ ਗੱਤਕਾ ਖੇਡਦੇ ਹੋਏ, ਜਦੋਂ ਦੂਸਰਿਆਂ ਨੂੰ ਦੇਖਦੇ ਹਾਂ, ਉਹਨਾਂ ਤੋਂ ਉਹਨਾਂ ਨੂੰ ਇੰਸਪੀਰੇਸ਼ਨਸ ਮਿਲਦੀਆਂ ਹੈਗੀਆਂ ਆ, ਉਹ ਸਿੱਖਦੇ ਨੇ ਆਪਣੇ ਇਤਿਹਾਸ ਦੇ ਬਾਰੇ। ਸੋ ਉਹ ਇਤਿਹਾਸ ਨੂੰ ਜਦ ਤੱਕ ਆਪਾਂ ਜਾਣਾਂਗੇ ਨਹੀਂ, ਉਦੋਂ ਤੱਕ ਆਪਾਂ ਉਹਦੇ ਦੇ ਬਾਰੇ ਅੱਗੇ ਕਿੱਦਾਂ ਪੜਚੋਲ ਕਰਾਂਗੇ। ਸੋ ਬਹੁਤ ਅੱਛਾ ਹੈਗਾ ਹੈ ਬੱਚਿਆਂ ਦੇ ਲਈ ਸਿੱਖਣਾ। ਔਰ ਜਦੋਂ ਆਪਾਂ ਖਾਸ ਤੌਰ ਦੇ ਉੱਤੇ ਜਦੋਂ ਛੋਟੇ ਛੋਟੇ ਬੱਚਿਆਂ ਦੇ ਦਸਤਾਰਾਂ ਸਜੀਆਂ ਵੇਖਦੇ ਹਾਂ, ਮਨ ਵੈਸੇ ਵੀ ਬੜਾ ਖੁਸ਼ ਹੁੰਦਾ ਹੈਗਾ। ਔਰ ਅੱਜ ਵੈਸੇ ਵੀ ਬੜਾ ਗੁਰੂ ਦੀ ਕਿਰਪਾ ਹੈਗੀ ਆ ਕਿ ਮੌਸਮ ਬਹੁਤ ਅੱਛਾ ਹੈਗਾ, ਤਾਂ ਸਰ ਬੱਚੇ ਬਹੁਤ ਸਾਰੇ ਇੰਜੋਏ ਕਰਦੇ ਪਏ ਨੇ। ਖੂਬ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੀ ਕਹਿਣਾ ਚਾਹੁੰਦੇ? ਲਾਸਟ ਈਅਰ ਵੀ ਲਗਭਗ ਇੱਥੇ ਕੀ ਆਪਾਂ ਗੱਲਬਾਤ ਸੀ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ SSTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਦੇ ਸ਼ੁਭ ਨਗਰ ਕੀਰਤਨ ਦੇ ਮੌਕੇ ਦੇ ਉੱਪਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜੋ ਮਹਾਨਗਰ ਕੀਰਤਨ ਹੋ ਰਿਹਾ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਦੂਜੇ ਨੰਬਰ 'ਤੇ ਸਭ ਤੋਂ ਖੁਸ਼ੀ ਵਾਲੀ ਗੱਲ ਆ ਵੀ 550 ਸਾਲਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਜਾ ਰਿਹਾ। ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ। ਅਸੀਂ ਵੀ ਆਪਣੇ ਵੱਲੋਂ, ਸਮੁੱਚੀ ਸਿੱਖ ਕੌਮ ਵੱਲੋਂ, ਸਾਰੇ ਹੀ ਜਿੰਨੇ ਵੀ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨਿੱਘੀ ਜੀਆਂ ਆਖਦੇ ਹੋਏ ਹਾਰਦਿਕ ਸਵਾਗਤ ਕਰਦੇ ਹਾਂ ਜੀ। ਬਹੁਤ 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 ਮਿਹਰਬਾਨੀ ਜੀ। ਲਓ ਜੀ, ਰਣਧੀਰ ਰਾਣਾ ਜੀ ਸਵੇਰ ਦੇ ਡਿਊਟੀ ਭਰ ਰਹੇ ਸੀਗੇ, ਮੇਰੀ ਹੁਣ ਡਿਊਟੀ ਲਾਈ ਗਈ ਆ ਕਿ ਮੈਂ ਕੁਝ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿ ਖਾਲਸਾ। ਵਾਹਿਗੁਰੂ ਜੀ, ਕਿਸ ਤਰ੍ਹਾਂ ਅੱਜ ਦਿਨ ਨੂੰ ਕਿੱਦਾਂ ਬਿਆਨ ਕਰੋਗੇ ਤੁਸੀਂ? ਸਭ ਤੋਂ ਪਹਿਲਾਂ ਮੈਂ ਖਾਲਸਾ ਸਾਜਨਾ ਦਿਵਸ ਦੀਆਂ ਸਿੱਖ ਕੌਮ ਨੂੰ, ਸਾਰੀਆਂ ਕਮਿਊਨਿਟੀ ਨੂੰ ਵਧਾਈ ਦਿੰਦਾ ਖਾਲਸਾ ਸਾਜਨਾ ਦਿਵਸ ਦੀਆਂ, ਅਤੇ ਬਹੁਤ ਹੀ ਆਨੰਦਿਤ ਮਾਹੌਲ ਆ ਅਤੇ ਬਹੁਤ ਹੀ ਵਧੀਆ ਕੁਦਰਤੀ ਵੈਦਰ ਹੋਇਆ ਜੀ। ਮੈਂ ਸਮਝਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ, ਬ੍ਰਿਗੇਡੀਅਰ ਨਵਾਬ ਸਿੰਘ ਕਹਿ ਰਹੇ ਸਨ ਕਿ ਲੋਕਾਂ ਦੀਆਂ ਅਰਦਾਸਾਂ ਜਿੱਥੇ ਵੇਖੋ, ਜੇ ਆਪਾਂ ਪਿਛਲੇ 3-4 ਦਿਨ ਨਿਗਾਹ ਮਾਰੀਏ ਜਾਂ ਆਉਣ ਵਾਲੇ ਦਿਨਾਂ ਨਿਗਾਹ ਮਾਰੀਏ, ਮੌਸਮ ਬਿਲਕੁਲ ਜਿਹੜਾ ਨੋਰਮਲ ਨਹੀਂ ਸੀਗਾ ਬਿਲਕੁਲ, ਲੇਕਿਨ ਅੱਜ ਇਹ ਨੋਰਮਲ ਹੋ ਗਿਆ। ਪਿਛਲੇ ਐਤਵਾਰ ਵੀ ਇਸੇ ਪ੍ਰਕਾਰ ਹੀ ਹੋਇਆ। ਸੋ ਜਦੋਂ ਕਿ ਮੀਂਹ ਦੱਸਿਆ ਜਾ ਰਿਹਾ ਸੀ, ਸੋ ਕੁਦਰਤ ਨੇ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਤਬਦੀਲੀ ਕਰ ਦਿੰਦਾ, ਮੇਰੀ ਆਪਣੀ ਸੋਚ ਸਾਇੰਸ ਨੂੰ ਅੱਗੇ ਪਿੱਛੇ ਕਰ ਦਿੰਦਾ ਹੈ। ਸੋ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ, ਉਸ ਗੁਰੂ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਵਧੀਆ ਇੱਥੇ ਰੌਣਕਾਂ ਇਕੱਤਰਿਤ ਕੀਤੀਆਂ ਹਨ। ਵੇਖੋ, ਦੋਨੇ ਬੰਨੇ ਅਸੀਂ ਨਿਗਾਹ ਮਾਰਦੇ ਹਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਖਲੋਤੀਆਂ ਹਨ। ਸੋ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਔਰ ਕਿੰਨੇ ਸਮੇਂ ਦੇ ਤੁਸੀਂ ਇੱਥੇ ਰਹਿ ਰਹੇ ਹੋ? 2012 ਤੋਂ ਮੈਂ ਲਗਾਤਾਰ ਹੀ ਇੱਥੇ ਰਹਿ ਰਿਹਾ, ਗੁਰਦੁਆਰਾ ਜੋਤ ਪ੍ਰਕਾਸ਼ ਮੇਰੀ ਡਿਊਟੀ ਹੈੱਡ ਗ੍ਰੰਥੀ ਦੀ। ਅੱਛਾ ਜੀ। ਅਤੇ ਉੱਥੋਂ ਲਗਾਤਾਰ ਰਹੇ, ਮੈਨੂੰ 2-3 ਵਾਰੀ ਮੌਕਾ ਮਿਲਿਆ, ਪਰ ਪਹਿਲਿਆਂ ਸਾਲਾਂ ਵਿੱਚ ਜਿਸ ਟਾਈਮ 'ਤੇ ਨਗਰ ਕੀਰਤਨ ਦੇ ਦਰਮਿਆਨ ਵਰਖਾ ਹੋ ਜਾਂਦੀ ਸੀ, ਪਰ ਕਿ ਜਿਵੇਂ ਤੁਹਾਡੀ ਗੱਲ ਖੁਣੋ, ਜਿਵੇਂ ਤੁਹਾਡੀ ਗੱਲ ਵੱਡੀ ਹੁੰਦੀ ਆ ਵੀ ਬੜਾ ਸੰਗਤਾਂ ਦੀ ਸਿੱਖ ਧਰਮ ਦੇ ਵਿੱਚ ਇੱਕ ਅਰਦਾਸ ਹੀ ਆ, ਹਾਂਜੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਮਿਲ ਮਿਲਾਪ ਹੋਣ ਦਾ ਸਾਨੂੰ ਇੱਥੋਂ ਮੌਕਾ ਮਿਲਦਾ, ਇੱਕ ਦੂਜੇ ਦੇ ਦਰਸ਼ਨ ਮੇਲੇ ਕਰਨ ਦਾ। ਅਤੇ ਅਸੀਂ ਇਸ ਸਮੇਂ ਵਿੱਚ ਇਹੀ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਖਾਲਸਾ ਪੰਥ ਸਾਜਨਾ ਕੀਤੀ ਆ, ਖਾਲਸਾ ਮੇਰੋ ਰੂਪ ਹੈ ਖਾਸ, ਅਤੇ ਖਾਲਸਾ ਇਸ ਸਮੇਂ ਦੇ ਵਿੱਚ ਸਾਨੂੰ ਅੰਮ੍ਰਿਤਧਾਰੀ ਹੋ ਕਰਕੇ ਅਤੇ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਸਿੱਖੀ ਧਾਰਨ ਕਰਨੀ ਚਾਹੀਦੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਬ੍ਰਿਗੇਡੀਅਰ ਸਾਹਿਬ, ਜਦੋਂ ਆਪਾਂ ਇੱਥੇ ਨਿਗਾਹ ਮਾਰਦੇ ਹਾਂ ਤਾਂ ਆਪਾਂ ਨੂੰ ਇੱਦਾਂ ਮਹਿਸੂਸ ਹੁੰਦਾ ਕਿ ਪੰਜਾਬ ਸਾਰਾ ਇੱਥੇ ਹੀ ਆ ਜੀ। ਜਦੋਂ ਆਪਾਂ ਭਾਰਤ ਵਿੱਚ ਜਾਂਦੇ ਹਾਂ ਤਾਂ ਇੱਦਾਂ ਲੱਗਦਾ ਕਿ ਉੱਥੇ ਵੀ ਬਹੁਤ ਵੱਡੀ ਵਸੋਂ ਆ, ਲੇਕਿਨ ਜਿਉਂ ਜਿਉਂ ਸਮਾਂ ਤਬਦੀਲ ਹੋ ਰਿਹਾ ਅਤੇ ਮੈਂ ਸਮਝਦਾ ਉੱਥੇ ਔਸਤਨ ਲੋਕ ਘੱਟਦੇ ਜਾ ਰਹੇ ਆ। ਤੁਹਾਡਾ ਕੀ?
ਹੈਗੀ ਹੈ ਪਰ ਗੱਲ ਤੁਹਾਡੀ ਠੀਕ ਹੈ ਜੇ ਤੁਸੀਂ ਅਨੰਦਪੁਰ ਸਾਹਿਬ ਵੀ ਜਾਓ ਹੋਲੇ ਮਹੱਲੇ 'ਤੇ ਵੀ ਜਾਓ ਤੁਸੀਂ ਵੇਖਦੇ ਜ਼ਰੂਰ ਉੱਥੇ ਵੀ ਜਜ਼ਬਾ ਪਰ ਉੱਥੇ ਬਹੁਤ ਸਾਰੇ ਬੱਚੇ ਹੁਣ ਆਪਣੇ ਦਸਤੂਰ ਦਸਤਾਰ ਸਜਾਉਣ ਤੋਂ ਕਤਰਾਉਂਦੇ ਆ ਬਹੁਤ ਸਾਰੇ ਬੱਚੇ ਨੂੰ ਦੇਖ ਕੇ ਕਿ ਉਹਨਾਂ ਦੇ ਸਿਰ 'ਤੇ ਰੁਮਾਲ ਹੁੰਦੇ ਆ ਖਾਸ ਕਰਕੇ ਇੱਥੇ ਇੱਕ ਜਿਹੜੀ ਅੱਛੀ ਪਰੰਪਰਾ ਵਾ ਸਟੂਡੈਂਟ ਨੇ ਸ਼ੁਰੂ ਕੀਤੀ ਹੈ ਜਾਂ ਜਿਹੜੇ ਪੁਰਾਣੇ ਇੱਥੇ ਰੈਜੀਡੈਂਟਸ ਆਏ ਨੇ ਤਾਂ ਉਹਦੇ ਨਾਲ ਇਹ ਹੈ ਕਿ ਰਿਵਾਈਵ ਹੋਣ ਦਾ ਬੜਾ ਮੈਨੂੰ ਮੌਕਾ ਦਿਖ ਰਿਹਾ ਕਿਉਂਕਿ ਤੁਹਾਨੂੰ ਪਤਾ ਕਿ ਕੈਨੇਡਾ ਦੀ ਧਰਤੀ 'ਤੇ ਸਾਨੂੰ ਸਿੱਖਾਂ ਨੂੰ ਬਹੁਤ ਵੱਡਾ ਮਾਣ ਮਿਲਿਆ ਪੋਲੀਟੀਕਲੀ ਔਰ ਪਿਛਲੇ 3-4 ਮਹੀਨਿਆਂ ਤੋਂ ਸਾਨੂੰ ਥੋੜ੍ਹਾ ਜਿਹਾ ਧੱਕਾ ਵੀ ਲੱਗਾ ਕਿ ਜਿਹੜੀ ਇੱਕ ਰਿਪੋਰਟ ਆਈ ਹੈ ਜਿਹ 'ਚ ਕਿਹਾ ਗਿਆ ਕਿ ਸਿੱਖ ਟੈਰੋਰਿਸਟ ਨਾਮ ਵਰਤਿਆ ਗਿਆ ਉਹਦੇ ਲਈ ਮੈਨੂੰ ਲੱਗਦਾ ਜਿਹੜਾ ਅੱਜ ਡਿਸਪਲੇ ਹੋ ਰਿਹਾ ਲੋਕਾਂ ਦੇ ਜਜ਼ਬਾ ਦਿਖਾਇਆ ਜਾ ਰਿਹਾ ਥੋੜ੍ਹਾ ਜਿਹਾ ਉਸ ਨੂੰ ਵੀ ਸਾਡੀ ਕੌਮ ਜਦੋਂ ਥੋੜ੍ਹਾ ਜਿਹਾ ਧੱਕਾ ਲੱਗਦਾ ਤਾਂ ਉਹਨੂੰ ਵਿਖਾਉਣ ਲਈ ਉਹ ਥੋੜ੍ਹੀ ਜਿਹੀ ਜਜ਼ਬੇ ਦੇ ਨਾਲ ਉੱਭਰ ਕੇ ਆਉਂਦੀ ਹੈ ਤਾਂ ਇਹ ਸਭ ਇੱਕ ਰੀਲੀ ਸਰਪ੍ਰਾਈਜ਼ ਮੈਨੂੰ ਇਹ ਕਰਦਾ ਜਦੋਂ ਕਿ ਖਾਸ ਕਰਕੇ ਭਾਰਤ ਦੇ ਰਾਜਨੀਤੀਵਾਨਾਂ ਨੂੰ ਅਤੇ ਉੱਥੋਂ ਦੇ ਬਿਊਰੋਕਰੈਟਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹ ਵੀ ਤਾਂ ਭਾਰਤੀ ਹਨ ਜੇਕਰ ਇਹ ਪੰਜਾਬੀ ਹਨ ਤਾਂ ਪਹਿਲਾਂ ਤਾਂ ਇਹ ਭਾਰਤੀ ਹਨ ਜੀ ਲੇਕਿਨ ਉਹ ਇੱਕ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਇਹਦੀ ਕੋਈ ਵਜ੍ਹਾ ਪਲੈਨਡ ਹੈ ਜਾਂ ਫਿਰ ਇਹ ਵੱਧ ਰਹੀ ਤਾਕਤ ਤੋਂ ਕੁਝ ਨਾ ਕੁਝ ਉਹਨਾਂ ਨੂੰ ਡਰ ਮਹਿਸੂਸ ਹੁੰਦਾ ਹੈ ਡਰਨ ਦੀ ਕੋਈ ਲੋੜ ਨਹੀਂ ਗੀ ਇੱਕ ਨਿੱਕੇ ਜਿਹੇ ਕਿੱਸੇ ਦੇ ਵਿੱਚ ਅਤੇ ਥੋੜ੍ਹੇ ਜਿਹੇ ਲੋਕ ਰਹਿੰਦੇ ਹਨ ਉਹਨਾਂ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਆ ਪਰ ਫਿਰ ਵੀ ਇਹ ਦੂਰੀ ਜਿਹੜੀ ਆ ਬਣਦੀ ਜਾ ਰਹੀ ਹੈ ਅਤੇ ਬਣਾਈ ਜਾ ਰਹੀ ਹੈ ਇਹਨੂੰ ਕਿੱਦਾਂ ਮਿਟਾਇਆ ਜਾ ਸਕਦਾ ਐਕਚੁਲੀ ਇਹ ਬਹੁਤ ਜ਼ਰੂਰੀ ਸਵਾਲ ਹੈ ਇਸ ਵੇਲੇ ਪੂਰੇ ਡਾਇਸਪੋਰਾ ਜਿਹੜਾ ਇੱਥੇ ਕੈਨੇਡਾ 'ਚ ਰਹਿ ਰਿਹਾ ਜਿਹੜੇ ਭਾਰਤੀ ਮੂਲ ਦੇ ਨੇ ਚਾਹੇ ਉਹ ਸਿੱਖ ਨੇ ਚਾਹੇ ਹਿੰਦੂ ਨੇ ਜਾਂ ਮੁਸਲਮਾਨ ਨੇ ਜਾਂ ਹੋਰ ਕੋਈ ਰਿਲੀਜਨ ਦੇ ਨੇ ਕੋਈ ਇੱਥੇ ਥੋੜ੍ਹਾ ਜਿਹਾ ਲੋਕਾਂ ਦੇ ਮਨ 'ਚ ਮਹਿਸੂਸ ਹੋ ਰਿਹਾ ਸਿੱਖਾਂ ਦੇ ਖਾਸ ਕਰਕੇ ਕਿ ਸ਼ਾਇਦ ਉਹ ਵੀ ਸਾਨੀਆਂ ਸਾਨੂੰ ਥੋੜ੍ਹਾ ਜਿਹਾ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਥੋੜ੍ਹਾ ਜਿਹਾ ਇਹ ਵੀ ਮਹਿਸੂਸ ਹੋਇਆ ਕਿ ਸ਼ਾਇਦ ਕੁਛ ਇੱਕ ਬਾਹਰ ਦੀਆਂ ਤਾਕਤਾਂ ਵੀ ਇਹਨੂੰ ਕੋਸ਼ਿਸ਼ ਕਰ ਰਹੀਆਂ ਪਰ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸਾਡੀ ਜਿਹੜੀ ਵਸੋਂ ਹੈ ਭਾਰਤ 'ਚ ਵੀ 2% ਤੋਂ ਘੱਟ ਹੈ ਔਰ ਇੱਥੇ ਵੀ 2% ਤੋਂ ਘੱਟ ਹੈ ਸੋ ਸਾਡੇ ਤੋਂ ਕਿਸੇ ਨੂੰ ਕੀ ਥਰੈਟ ਹੋ ਸਕਦੀ ਹੈ ਅਸਲ 'ਚ ਮੈਂ ਤਾਂ ਕਹਿੰਦਾ ਸਾਰੀਆਂ ਕਮਿਊਨਿਟੀਆਂ ਇੱਥੇ ਸਾਊਥ ਏਸ਼ੀਆ ਦੀਆਂ ਮਿਲ ਜੁਲ ਕੇ ਰਹਿਣ ਔਰ ਪੋਲੀਟੀਕਲੀ ਹੋਰ ਗੇਨ ਕਰ ਸਕਦੇ ਆ ਸਗੋਂ ਬਾਕੀ ਕਮਿਊਨਿਟੀਆਂ ਜਿਹੜੀਆਂ ਪੋਲੀਟੀਕਲੀ ਇੰਨੀਆਂ ਐਕਟਿਵ ਨਹੀਂ ਹੈ ਉਹ ਸਾਡੇ ਨਾਲ ਮਤਲਬ ਮੋਢੇ ਤੋਂ ਮੋਢਾ ਜੋੜਨ ਤਾਂ ਅਸੀਂ ਹੋਰ ਪ੍ਰੋਗਰੈਸ ਕਰ ਸਕਦੇ ਰਾਧਾ ਦਾਨ ਇੱਕ ਦੂਜੇ ਨੂੰ ਘੱਟ ਕਰਾਉਣ ਮੈਂ ਜ਼ਰੂਰ ਦਾਨ ਪੱਤਰ ਪਿੰਗਲਵਾੜਾ ਦੇ ਨਾਲ ਗੱਲਬਾਤ ਕਰਨੀ ਚਾਹੂੰਗਾ ਭੈਣ ਜੀ ਅਵਨਾਸ਼ ਨੇ ਅੱਜ ਦਿਖਾਈ ਦੇ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਇਹ ਜਿਹੜਾ ਪਿੰਗਲਵਾੜਾ ਦੀ ਸਭਾ ਹੈ ਇੱਥੇ ਖਾਸ ਕਰਕੇ ਭੈਣ ਜੀ ਇਹ ਦਿਖਾਈ ਦਿੰਦੇ ਹੁੰਦੇ ਆ ਤੇ ਉਹ ਅੱਜ ਦਿਖਾਈ ਨਹੀਂ ਦੇ ਹਾਂਜੀ ਉਹ ਕਿਸੇ ਹੋਰ ਲੋਕੇਸ਼ਨ ਤੇ ਉਹ ਖੜੇ ਨੇ ਉਧਰ ਉਹ ਹਾਂਜੀ ਉਧਰ ਦੂਜੀ ਸਾਈਡ ਤੇ ਖੜੇ ਨੇ ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਮੇਰੀ ਸਭ ਨੂੰ ਅਪੀਲ ਆ ਕਿ ਪਿੰਗਲਵਾੜਾ ਜੋ ਅੰਮ੍ਰਿਤਸਰ ਵਿਖੇ ਸਥਿਤ ਹੈ ਉਸ ਦੀ ਵੱਧ ਤੋਂ ਵੱਧ ਜਿਹੜੀ ਆ ਸਾਨੂੰ ਦਾਨ ਭਾਵ ਕੇ ਸੇਵਾ ਮਾਇਕ ਸਹਾਇਤਾ ਕਰਨੀ ਚਾਹੀਦੀ ਹੈ ਦਾਨ ਮੈਂ ਨਹੀਂ ਸ਼ਬਦ ਵਰਤੂੰਗਾ ਕਿਉਂਕਿ ਦਾਨ ਉਹਨੂੰ ਦੇਈਦਾ ਹੈ ਜੋ ਆਪਣੇ ਤੋਂ ਛੋਟਾ ਹੋਵੇ ਸੋ ਜਿਹੜੀਆਂ ਸੰਸਥਾਵਾਂ ਹਨ ਇਹ ਸਭ ਤੋਂ ਵੱਡੀਆਂ ਤੇ ਉੱਚੀਆਂ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਹਾਲ ਆ ਵਧੀਆ ਜੀ ਵਧੀਆ ਕਦੇ ਇੱਥੇ ਆਏ 1.5 ਸਾਲ ਹੋ ਗਿਆ ਜੀ 1.5 ਸਾਲ ਹਾਂਜੀ ਤੇ ਬਹੁਤ ਵਧੀਆ ਤੁਹਾਡਾ ਸਰੂਪ ਆ ਬਹੁਤ ਵਧੀਆ ਦਾੜੇ ਖੁੱਲੇ ਤੇ ਭਾਰਤ 'ਚ ਵੀ ਇੱਦਾਂ ਹੀ ਰੱਖੇ ਸੀ ਜਾਂ ਇੱਥੇ ਆਣ ਕੇ ਰੱਖੇ ਆ ਭਾਰਤ 'ਚ ਵੀ ਇੱਦਾਂ ਹੀ ਰੱਖੇ ਸੀ ਪਿੱਛੋਂ ਕਿਹੜਾ ਇਲਾਕਾ ਅੰਬਾਲਾ ਸਿਟੀ ਅੰਬਾਲਾ ਸਿਟੀ ਬਹੁਤ ਕਿੱਦਾਂ ਮਹਿਸੂਸ ਹੁੰਦਾ ਅੰਬਾਲੇ ਦਾ ਤੇ ਟੋਰਾਂਟੋ ਦਾ ਅੰਤਰ ਸੇਮ ਹੀ ਲੱਗਦਾ ਜੀ ਪੰਜਾਬੀ ਲੱਗਦਾ ਇੱਕ ਵੀ ਵੈਸੇ ਆਪਾਂ ਕੈਨੇਡਾ 'ਚ ਆਏ ਹਾਂ ਹੁਣ ਆਪਾਂ ਪੰਜਾਬ ਬਣਾਤਾ ਹਾਂਜੀ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਬੜਾ ਕੀ ਹਾਲ ਆ ਬਸ ਵਧੀਆ ਕੀ ਪੜ੍ਹਨ ਆਏ ਇੱਥੇ ਮਕੈਨੀਕਲ ਵੈਰੀ ਗੁੱਡ ਵੈਰੀ ਗੁੱਡ ਸੋ ਕਿੰਨਾ ਸਾਲ ਆ ਮੇਰਾ 1.5 ਸਾਲ ਬਹੁਤ ਚੰਗਾ ਲੱਗਦਾ ਹਾਂਜੀ ਵਧੀਆ ਲੱਗਦਾ ਓਕੇ ਜੀ ਹਾਂਜੀ ਤੁਸੀਂ ਕਿਉਂ ਸੰਗਦੇ ਹੋ ਹਾਂਜੀ ਕਿਉਂਕਿ ਪਿੱਛੇ ਹੁੰਦੇ ਸੀ ਮੈਂ ਕਿਹਾ ਸ਼ਾਇਦ ਸੰਗਦੇ ਕੀ ਹਾਲ ਆ ਜੀ ਠੀਕ ਹੈ ਹਾਂਜੀ ਜਕਾਰਾ ਬੁਲਾ ਦਿਓ ਫਿਰ ਹਾਂਜੀ ਜੁਕਾਰਾ ਬੁਲਾ ਦੋ ਬੋਲੇ ਜੈ ਸੋਰੇ ਹਾਲ ਸਤਿ ਸ੍ਰੀ ਅਕਾਲ ਲਓ ਜੀ ਜੀ ਬੱਚਿਆਂ ਨੇ ਜਦੋਂ ਗੱਲਬਾਤ ਕਰੀ ਦੀ ਹੈ ਤੇ ਬੱਚੇ ਬਣ ਜਾਈਏ ਤੇ ਬੜਾ ਵਧੀਆ ਲੱਗਦਾ ਵੇਖੋ ਜੀ ਬਿੰਦਰ ਨੇ ਅੱਜ ਸਾਰਾ ਐਨ ਨਜ਼ਾਰਾ ਵੇਖਿਆ ਤੇ ਨਾਲ ਦੀ ਨਾਲ ਦਿਖਾਇਆ ਵੀ ਆ ਜੀ ਖਾਲਸਾ ਜੀ ਔਰ ਕਈ ਆਪਣੀ ਕਮਿਊਨਿਟੀ ਦੇ ਵਿੱਚ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਕਿ ਹਰ ਕੋਈ ਉਹਨਾਂ ਨੂੰ ਜਾਣਦਾ ਪਛਾਣਦਾ ਹੈ
ਸੋ ਲਓ ਜੀ ਮੁੰਡਾ ਸਾਡੀ ਫੋਟੋ ਲਾਉਣੀ ਚਾਹੁੰਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਔਰ ਵੱਖ ਵੱਖ ਇਲਾਕਿਆਂ 'ਚੋਂ ਦੂਰ ਦੁਰਾਡੇ 'ਚੋਂ ਬ੍ਰਿਗੇਡੀਅਰ ਸਾਹਿਬ ਇੱਥੇ ਸੰਗਤਾਂ ਅੱਪੜਦੀਆਂ ਹਨ। ਸੋ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਸਰੀ ਦੇ ਨਗਰ ਕੀਰਤਨ ਦਾ ਅਤੇ ਟੋਰਾਂਟੋ ਦਾ, ਚਾਹੇ ਬਹੁਤ ਗਿਣਤੀ ਦਾ ਫਰਕ ਹੁੰਦਾ ਹੈ, ਲੇਕਿਨ ਜਜ਼ਬਾ ਇੱਥੇ ਵੀ ਬਹੁਤ ਦਿਖਾਈ ਦਿੰਦਾ ਹੈ। ਵਾਹ, ਬਿਲਕੁਲ, ਇੱਥੇ ਵੀ ਬਹੁਤ ਹੈ ਔਰ ਸਰੀ ਸ਼ਾਇਦ ਗਿਣਤੀ ਜ਼ਿਆਦਾ ਇੱਥੇ ਨਾਲੋਂ, ਸ਼ਾਇਦ ਇਸ ਵਾਰੀ ਦੁੱਗਣੀ ਸੀ, ਪਰ ਇੱਥੋਂ ਦੀ ਗਿਣਤੀ ਘੱਟ ਹੋਵੇ, ਪਰ ਜਜ਼ਬੇ 'ਚ ਮੇਰੇ ਖਿਆਲ ਕੋਈ ਪਿਛੋਕੜ ਨਹੀਂ ਹੈ। ਔਰ ਦੂਸਰਾ, ਪੂਰੇ ਪੰਜਾਬ ਦੇ 12,000 ਪਿੰਡਾਂ ਤੋਂ ਹਰੇਕ ਪਿੰਡ ਤੋਂ ਕੋਈ ਨਾ ਕੋਈ ਰਿਪ੍ਰਜੈਂਟੇਸ਼ਨ ਇੱਥੇ ਨਜ਼ਰ ਆਉਂਦੀ ਹੈ, ਹਰੇਕ ਪਿੰਡ ਤੋਂ ਰਿਪ੍ਰਜੈਂਟੇਸ਼ਨ ਨਜ਼ਰ ਆ ਰਹੀ ਹੈ। ਪੂਰਾ ਪੰਜਾਬ ਦਾ ਜਿਹੜਾ ਟਰੂ ਰਿਫਲੈਕਸ਼ਨ ਹੈ, ਮੇਰੇ ਖਿਆਲ ਪੰਜਾਬ 'ਚ ਨਹੀਂ ਕਦੇ ਲੋਕਾਂ ਨੇ ਵੇਖਿਆ, ਕਿਉਂਕਿ ਜੇਕਰ ਆਪਾਂ ਰਿਪ੍ਰਜੈਂਟੇਸ਼ਨ ਦੀ ਇੱਥੇ ਗੱਲ ਕਰਦੇ ਹਾਂ, ਵੱਖ ਵੱਖ ਥਾਵਾਂ ਤੋਂ ਆ ਕੇ ਵਸੇ ਹਨ, ਉੱਥੇ ਇੱਕ ਇਕੱਲੇ ਇਲਾਕੇ ਦੇ ਲੋਕ ਹੁੰਦੇ ਹਨ। ਸੋ ਇੱਥੇ ਜਿਸ ਤਰ੍ਹਾਂ ਸਾਰਾ ਪੰਜਾਬ, ਸਾਰਾ ਭਾਰਤ ਇਕੱਠਾ ਹੋਇਆ ਹੁੰਦਾ ਹੈ। ਰਣਦੀਪ ਜੀ, ਥੱਕ ਗਏ ਹੋਵੋਗੇ, ਪਰ ਐਤਕੀ ਪਰ ਜੋਸ਼ ਇਹੋ ਜਿਹਾ ਨਾ, ਹਾਂਜੀ, ਅਸੀਂ ਤਾਂ ਉੱਥੇ ਸੀਗੇ, ਹਾਂਜੀ, ਤੁਸੀਂ ਸਾਡਾ ਜੋਸ਼ ਸਟੂਡੀਓ ਵਿੱਚ ਬਹਿ ਕੇ ਵੀ ਮਹਿਸੂਸ ਕਰਦੇ ਹੋਵੋਗੇ। ਔਰ ਅੱਜ ਸੰਗਤ ਦੇ ਵਿੱਚ ਵੀ ਇੱਕ ਤਾਂ ਮੌਸਮ ਬੜਾ ਵਧੀਆ ਸੀ, ਇਹ ਪਿਛਲੇ 25 ਸਾਲਾਂ ਦੇ ਵਿੱਚ ਜੀ, ਜਦੋਂ 300 ਸਾਲਾਂ ਦੇ ਵਿੱਚ ਉੱਥੇ ਉਦੋਂ ਸੰਗਤ ਸੀ ਇੰਨੀ ਸਕਾਈ ਡੋਮ ਦੇ ਵਿੱਚ, ਜਦੋਂ ਦਾ ਨਗਰ ਕੀਰਤਨ ਇੱਥੇ ਸ਼ੁਰੂ ਹੋਇਆ ਨਾ, ਇੰਨੀ ਸੰਗਤ ਕਦੇ ਨਹੀਂ ਦੇਖੀ ਜੀ, ਸਾਰੀ, ਹਾਂਜੀ, ਸਾਰੀ ਵਾਰਡ ਜੀ। ਔਰ ਏਅਰਪੋਰਟ ਅਤੇ ਮੋਰਨਿੰਗ ਸਟਾਰ ਤੋਂ ਲੈ ਕੇ ਅੱਜ ਇੰਨੀ ਸੰਗਤ ਆਲੇ ਦੁਆਲੇ ਹੁਣ ਦੇਖਦੇ ਹੋ ਜੀ, ਸਾਰੀ ਵਾਰਡ ਹੀ ਇੰਨੀ ਸੰਗਤ ਹੈ। ਰਣਦੀਪ ਜੀ, ਤੁਸੀਂ ਤਾਂ ਸ਼ਾਇਦ ਉਹ ਸ਼ਾਟ ਨਹੀਂ ਵੇਖ ਸਕੇ ਹੋਵੋਗੇ, ਮੈਂ ਸਟੂਡੀਓ ਵਿੱਚ ਬੈਠੇ ਡਰਾਉਣ ਵਾਲੇ ਜਿਹੜੇ, ਹਾਂਜੀ, ਵੇਖੇ ਹੋਣਗੇ, ਤੇ ਬਹੁਤ ਦੂਰ ਤੇ ਇੱਕ ਸੰਗਤ ਦਿਖਾਈ ਦੇ ਰਹੀ ਸੀਗੀ, ਤੇ ਇੱਥੇ ਵੀ ਕੋਈ ਘੱਟ ਨਹੀਂ ਗੀ, ਇੱਥੇ ਵੇਖੋ ਬਹੁਤ ਸਾਰੀ ਸੰਗਤ ਜਿਹੜੀ ਆ ਰਾਹ 'ਚ ਡੀ ਕੇ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚਲੇ ਜਾਂਦੀ ਹੈ, ਹਾਂਜੀ, ਲੇਕਿਨ ਜੇਕਰ ਆਪਾਂ ਮਾਲਟਨ ਤੋਂ ਇੱਥੋਂ ਤੀਕ ਕਾਊਂਟ ਕਰੀਏ ਤਾਂ ਲੱਖਾਂ 'ਚ ਹੋ ਜਾਂਦੀ ਹੈ। ਬਿਲਕੁਲ ਜੀ, ਮੈਨੂੰ ਪੁੱਛਦਾ ਸੀ ਕਿ 2 ਲੱਖ ਹੋਊਗੀ ਜਾਂ 3 ਲੱਖ ਹੋਊਗੀ, ਦਰਅਸਲ ਜਦੋਂ ਇੰਨੀ ਸੰਗਤ ਹੋ ਜਾਂਦੀ ਨਾ, ਫਿਰ ਕਾਊਂਟਲੈਸ ਹੋ ਜਾਂਦੀ ਆ। ਵੈਸੇ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਖਾਲਸੇ ਦੀ ਗਿਣਤੀ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ, ਖਾਲਸਾ ਲੱਖਾਂ 'ਚ ਹੀ ਹੁੰਦਾ ਜੀ। ਇੱਕ ਹੋਰ ਚੀਜ਼ ਆ ਜੀ, ਹੁਣ ਜੇ ਇੰਟਰਨੈਸ਼ਨਲੀ ਸਾਰੇ ਦੇਖ ਰਹੇ ਨੇ, ਆਪਾਂ ਨਗਰ ਕੀਰਤਨ ਜਿਹੜੇ ਨੇ ਉਹ ਸਰੀ ਵਾਲਾ ਵੀ ਦੇਖਦੇ ਹਾਂ, ਵੈਨਕੂਵਰ ਵਾਲੇ ਵੀ ਦੇਖਦੇ ਹਾਂ, ਇੱਥੇ ਤੁਹਾਨੂੰ ਕੋਈ ਵੀ ਬੀਬੀ, ਕੋਈ ਵੀ ਭਰਾ, ਚਾਹੇ ਕਿਸੇ ਨੇ ਪੱਗ ਬੰਨੀ ਆ ਚਾਹੇ ਨਹੀਂ ਬੰਨੀ, ਕੋਈ ਵੀ ਨੰਗੇ ਸਿਰ ਨਹੀਂ ਦਿਸੂਗਾ ਜੀ, ਇਹ ਬਿਊਟੀ ਆ। ਦੂਜਾ ਹੈ ਜੀ ਕਿ ਕੈਲੀਫੋਰਨੀਆ ਯੂਬਾ ਸਿਟੀ ਦਾ ਨਗਰ ਕੀਰਤਨ ਬਹੁਤ ਮਸ਼ਹੂਰ ਹੈ, ਮੈਂ ਐਤਕੀ ਖੁਦ ਉੱਥੇ ਜਾ ਕੇ ਆਇਆ, ਅੱਜ ਅੰਟੈਰੀਓ ਵਾਲਿਆਂ ਨੇ ਆਹ ਕੈਲੀਫੋਰਨੀਆ ਬਣਾਤਾ। ਇਹ ਜੀ ਰਣਦੀਪ ਜੀ, ਮੈਂ ਇਹ ਮਹਿਸੂਸ ਕਰਦਾ ਇੱਥੇ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਆਉਂਦੇ, ਚਲੋ ਉੱਥੇ ਵੀ ਹੁੰਦੇ ਹਨ, ਲੇਕਿਨ ਉਹ ਜ਼ਿਆਦਾ ਇੱਕ ਮੇਲੇ ਦੀ ਤਰ੍ਹਾਂ ਆਉਂਦੇ ਹਨ। ਇੱਥੇ ਇਸ ਨਗਰ ਕੀਰਤਨ ਦੇ ਵਿੱਚ ਲੋਕ ਪਾਰਟਿਸਪੇਟ ਕਰਦੇ ਹਨ। ਵੇਖੋ ਜੀ, ਇਸ ਵੇਲੇ ਸੰਗਤ ਵੈਲਕਮ ਕਰਨ ਵਾਸਤੇ ਗੁਰੂ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਦੀ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਉਹ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਖੜੇ ਹਨ। ਕੀ ਕਹਿਣਾ ਚਾਹੁੰਦੇ ਹੋ ਜੀ? ਬਹੁਤ ਸੱਚੇ ਪਾਤਸ਼ਾਹ, ਬੜੇ ਸਾਰੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਅੱਜ ਇਕੱਠ ਹੋਏ, ਸੱਚੇ ਪਾਤਸ਼ਾਹ ਸ਼ੁਕਰ ਆ, ਥੈਂਕ ਯੂ ਕਰਨਾ ਚਾਹੁੰਦੇ ਹਾਂ ਜੀ, ਬਹੁਤ ਕਿਰਪਾ ਕੀਤੀ ਆ, ਸੰਗਤਾਂ ਦਾ ਬਹੁਤ ਧੰਨਵਾਦ, ਸੇਵਾਦਾਰਾਂ ਦਾ ਬਹੁਤ ਧੰਨਵਾਦ, ਮੀਡੀਆ ਦਾ ਬਹੁਤ ਧੰਨਵਾਦ, ਇੰਨਾ ਅੱਜ ਰਿਕਾਰਡ ਤੋੜ ਇਕੱਠ ਹੋਇਆ, ਪਹਿਲਾਂ ਕਦੇ ਇੰਨਾ ਇਕੱਠ ਨਹੀਂ ਦੇਖਿਆ ਸੀ, ਬਸ ਗੁਰੂ ਸਾਹਿਬ ਦਾ ਧੰਨਵਾਦ ਹੀ ਕਰ ਸਕਦੇ। ਸੋ ਇੱਥੇ ਕੀ ਪ੍ਰੋਗਰਾਮ ਹੋਣਗੇ ਹੁਣ? ਬਸ ਹੁਣ ਸਮਾਪਤੀ ਹੋਊਗੀ ਜੀ, ਕਹੂਗਾ ਜੀ, ਅਤੇ ਅੰਦਰ ਆਪਣੇ ਕੀਰਤਨ ਦੁਆਰੇ ਇਸੇ ਤਰ੍ਹਾਂ ਸਜੇ ਰਹਿਣਗੇ ਅਤੇ ਸਮਾਪਤੀ ਹੋਊਗੀ। ਲੀਡਰ ਸਾਹਿਬਾਨ ਖਾਸ ਕਰਕੇ ਜਿਨ੍ਹਾਂ ਦਾ ਨਾਂ ਲੈਣਾ ਚਾਹੋ ਵੀ ਇੱਥੇ ਹੁਣ ਬੋਲ ਚੁੱਕੇ ਨੇ, ਜਦ ਪ੍ਰੀਮੀਅਰ ਆ ਚੁੱਕੇ ਨੇ ਜੀ ਡੱਗ ਫੋਰਡ, ਅਤੇ ਆਪਣੇ ਰੀਜਨਲ ਕੌਂਸਲਰ ਜੱਪ ਢਿੱਲੋਂ ਸਾਹਿਬ, ਅਤੇ ਹਰਕੀਰਤ ਸਿੰਘ, ਹੋਰ ਕਈ ਆਪਣੇ ਕੌਣ ਕੌਣ ਆਏ ਜੀ? ਡੱਗ ਫੋਰਡ ਆਪਣੇ ਪ੍ਰੀਮੀਅਰ ਨੇ ਜਿਹੜੇ ਜੀ, ਅਤੇ ਉਸ ਤੋਂ ਬਾਅਦ ਆਪਣੇ ਢਿੱਲੋਂ ਸਾਹਿਬ ਜਿਹੜੇ ਰੀਜਨਲ ਕੌਂਸਲਰ ਨੇ, ਹਰਕੀਰਤ ਸਿੰਘ ਜੀ, ਅਤੇ ਆਪਣੇ ਉਹ ਜਿਹੜੇ ਡੱਗ ਫੋਰਡ ਦੇ ਭਤੀਜੇ ਨੇ ਆਪਣੇ, ਉਹ ਆਪਣੇ ਜਿਹੜੇ ਕੌਂਸਲਰ ਨੇ ਉਹ ਆਏ ਸੀਗੇ, ਬਾਕੀ ਹੋਰ ਵੀ ਕਈ ਆਪਣੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਸਕੇ, ਅਤੇ ਜਿਹੜੇ ਆਪਣੇ ਬੱਚੇ ਇੱਥੇ ਦੇ ਜਿਹਨੇ ਚੈਂਪੀਅਨਸ਼ਿਪ ਜਿੱਤੀ ਉਹ ਆਏ ਸੀਗੇ ਜੀ। ਓਕੇ, ਕੋਈ ਖਾਸ ਨਾਂ ਲੈਣਾ ਚਾਹ? ਹਾਂਜੀ, ਲਓ ਜੀ ਗੱਲ ਕਰੋ ਜੀ। ਲਓ ਜੀ, ਇਸ ਵੇਲੇ ਜੋ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦਾ ਸਤਿਕਾਰ ਦੇ ਵਿੱਚ ਖਲੋਤਾ ਹੋਇਆ ਸਾਰਾ ਕਮੇਟੀ ਦੇ ਮੈਂਬਰ ਹੁੰਦੇ ਹਨ, ਉਹ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਨ ਵਾਸਤੇ ਅਗਾਊਂ ਹੀ ਜਾ ਚੁੱਕੇ ਹਨ। ਸੋ ਰਣਦੀਪ ਜੀ, ਇਸ ਵੇਲੇ ਲੀਡਰ ਸਾਹਿਬਾਨ ਤਾਂ ਇੱਥੇ ਸਪੀਚਾਂ ਕਰਕੇ ਜਾ ਚੁੱਕੇ ਹਨ ਜੀ, ਹਾਂਜੀ, ਕੋਈ ਤੁਹਾਡੇ ਖਾਸ ਵਿਸ਼ੇਸ਼ ਦਿਮਾਗ ਦੇ ਵਿੱਚ ਹੋਵੇ ਜਿਹੜਾ? ਜੀ ਬਿਲਕੁਲ, ਦਰਅਸਲ ਬਾਰੇ ਗੱਲ ਕਰਨੀ ਚਾਹੁੰਦਾ। ਅਸਲ 'ਚ ਕੀ ਹੈ ਜੀ ਕਿ
ਉੱਥੇ ਸਾਨੂੰ ਕੰਜ਼ਰਵੇਟਿਵ ਲੀਡਰ ਜਿਹੜੇ ਸਨ ਉਹ ਹੀ ਦਿਸੇ, ਚਾਹੇ ਉਹ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਾਲੇ ਸੀਗੇ ਜਾਂ ਫਿਰ ਫੈਡਰਲ ਜਿਹੜੇ ਕੈਂਡੀਡੇਟ ਨੇ ਜਾਂ ਫਿਰ ਲੀਜ਼ਾ ਰੇਟ ਹੋਰੀ ਸਨ ਜਿਹੜੇ ਕਿ ਡੈਪੂਟੀ ਹਾਊਸ ਲੀਡਰ ਨੇ ਜੀ, ਉਹ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਅੱਜ ਲਿਬਰਲ ਜਿਹੜੇ ਨੇ ਉਹ ਬਹੁਤੇ ਦੇਖਣ ਨੂੰ ਅੱਜ ਨਹੀਂ ਮਿਲੇ ਜੀ। ਮੈਂ ਗੱਲ ਕਰ ਰਿਹਾ ਸੀਗਾ ਸੇਵਾਦਾਰ ਦੇ ਨਾਲ, ਉਹਨਾਂ ਕੋਲੋਂ ਵੀ ਪੁੱਛਿਆ ਅਤੇ ਉਹਨਾਂ ਨੇ ਵੀ ਕੋਈ ਲਿਬਰਲ ਮੇਨ ਬੰਦੇ ਦਾ ਮੇਨ ਲੀਡਰ ਦਾ ਨਾਂ ਨਹੀਂ ਲਿਆ ਜੀ। ਸੋ ਦਰਅਸਲ ਜਿਹੜੀ ਸੰਗਤ ਆ ਜੀ, ਇਹ ਪਿਛਲੀ ਵਾਰੀ ਵੀ ਆਪਾਂ ਸਵਾਲ ਕੀਤੇ ਸੀ, ਸੰਗਤਾਂ ਦੇ ਸਵਾਲ ਇਹੀ ਨੇ ਕਿ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਉੱਥੇ ਬੈਠੇ ਨੇ, ਜਿਹੜੀ ਕਮੇਟੀ ਨੇ ਜਿਹੜੀ ਰਿਪੋਰਟ ਦੇਣੀ ਹੁੰਦੀ ਆ ਉੱਥੇ ਸਾਡੇ ਬੈਠੇ ਨੇ, ਉਹਨਾਂ ਦੇ ਹੁੰਦਿਆਂ ਹੋਇਆਂ ਵੀ ਸਿੱਖਾਂ ਨੂੰ ਅੱਤਵਾਦੀ ਗਿਰਦਾਨ ਦਿੱਤਾ ਗਿਆ, ਇਹ ਕਿਉਂ ਹੋਇਆ, ਇਹਦੇ ਵਿੱਚ ਅਵੇਸਲਾਪਨ ਸੀ ਜਾਂ ਕੰਨਾ ਘਿਸਲ ਸੀ, ਉਹ ਸਵਾਲਾਂ ਤੋਂ ਡਰਦੇ ਹੋਏ ਜਿਹੜੇ ਨੇ ਜੀ ਉਹ ਨਹੀਂ ਆਉਂਦੇ ਜੀ। ਉੱਥੇ ਤਾਂ ਉਹ ਜਿਹੜਾ ਟੋਰਾਂਟੋ ਵਾਲਾ ਨਗਰ ਕੀਰਤਨ ਸੀਗਾ ਜੀ, ਉੱਥੇ ਤਾਂ ਲਿਬਰਲਸ ਦਾ ਦਬਦਬਾ ਸੀਗਾ ਜੀ, ਉੱਥੇ ਉਹ ਗਏ ਵੀ, ਹੋ ਸਕਦਾ ਸੀਗਾ ਵੀ ਉਹ ਮਹਿਸੂਸ ਕਰਦੇ ਹੋਣ ਕਿ ਮੀਡੀਆ ਜਿਹੜਾ ਜੀ ਉਹ ਵਧਾਈਆਂ ਲੈਣ ਨੂੰ ਫਿਰਦਾ ਹੁੰਦਾ ਜੀ ਇਹਨਾਂ ਦਿਨਾਂ ਦੇ ਵਿੱਚ। ਹੁਣ ਹਾਂ ਅਜੇ ਵੀ ਕੁਝ ਚੰਦ ਮੀਡੀਆ ਹੈ ਜੀ ਜਿਹੜਾ ਕਿ ਵਧਾਈਆਂ 'ਚ ਹੀ ਵਿਸ਼ਵਾਸ ਰੱਖਦਾ ਜੀ, ਲੇਕਿਨ ਕੁਝ ਮੀਡੀਆਕਾਰ ਹਨ ਜਿਹੜੇ ਕਿ ਉਹ ਰੀਲੀ ਸਵਾਲ ਕਰਦੇ ਹਨ। ਬ੍ਰਿਗੇਡੀਅਰ ਸਾਹਿਬ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬ੍ਰਿਗੇਡੀਅਰ ਸਾਹਿਬ, ਜਿਸ ਤਰ੍ਹਾਂ ਲਿਬਰਲ ਕੰਨੀ ਕਤਰਾ ਰਹੀ ਹੈ, ਉਹਨਾਂ ਦੇ ਲੀਡਰ ਕੰਨੀ ਕਤਰਾ ਰਹੇ ਹਨ, ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ 'ਚ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ 'ਤੇ, ਕੋਈ ਇਸ ਅਪੀਅਰੈਂਸ ਦਾ ਨਾ ਆਉਣਾ ਜਾਂ ਪਿੱਛੇ ਰਿਪੋਰਟ ਦਾ ਆ ਜਾਣਾ ਕੋਈ ਪ੍ਰਭਾਵ ਪਾਊਗਾ ਇਲੈਕਸ਼ਨ 'ਚ? ਮੇਰੇ ਖਿਆਲ, ਹੁਣ ਮੈਂ ਪੱਕਾ ਨਹੀਂ ਕਹਿ ਸਕਦਾ ਕਿ ਉਹ ਜਾਣ ਕੇ ਨਹੀਂ ਇੱਥੇ ਆ ਰਹੇ ਜਾਂ ਕੰਨੀ ਕਤਰਾ ਰਹੇ ਨੇ, ਪਰ ਪਿੱਛੇ ਜੇ ਜਿਹੜਾ ਇੰਪ੍ਰੈਸ਼ਨ ਦਿੱਤਾ ਉਹਨਾਂ ਨੇ ਇਹ ਜ਼ਰੂਰ ਦਿੱਤਾ ਕਿ ਲੋਕਾਂ ਨੂੰ ਫੇਸ ਕਰਨ ਤੋਂ ਥੋੜ੍ਹਾ ਜਿਹਾ ਉਹ ਘਬਰਾ ਰਹੇ ਨੇ। ਜੇ ਅੱਜ ਉਹਨਾਂ ਦਾ ਰਿਪ੍ਰਜੈਂਟੇਸ਼ਨ ਨਹੀਂ ਆਉਂਦੀ ਤਾਂ ਇਹਦਾ ਮਤਲਬ ਓਪਨ ਹੋ ਜਾਂਦਾ ਕਿ ਉਹ ਥੋੜ੍ਹਾ ਕੰਨੀ ਕਤਰਾ ਰਹੇ ਨੇ, ਪਰ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਨੂੰ ਓਪਨਲੀ ਲੋਕਾਂ ਦੇ ਕੀ ਹੋ ਜਾਏਗਾ, ਇੱਕ ਦੋ ਲੋਕ ਤੁਹਾਨੂੰ ਔਖੇ ਸਵਾਲ ਪੁੱਛ ਲੈਣਗੇ, ਕੋਈ ਤੁਹਾਨੂੰ ਉਹ ਤੋਂ ਬਿਆਨ ਤੋਂ ਕੁਛ ਕਰ ਨਹੀਂ ਸਕਦਾ, ਸਗੋਂ ਤੁਸੀਂ ਆ ਕੇ ਫੇਸ ਕਰੋ, ਆਪਣਾ ਜਸਟੀਫਿਕੇਸ਼ਨ ਦਿਓ। ਜੇ ਕਿਤੇ ਫੇਲ ਵੀ ਹੋ ਗਏ ਤਾਂ ਡਜ਼ਨਟ ਮੈਟਰ, ਜੇ ਗਲਤੀ ਵੀ ਹੋ ਗਈ ਡਜ਼ਨਟ ਮੈਟਰ, ਪਰ ਲੋਕਾਂ ਨੂੰ ਫੇਸ ਕਰਨਾ ਜ਼ਰੂਰੀ ਹੈ। ਔਰ ਇਹ ਸੰਗਤ ਹੈ, ਇਹ ਤਾਂ ਗੁਰੂ ਦੀ ਸੰਗਤ ਹੈ, ਇੱਥੇ ਤਾਂ ਕੋਈ ਪੋਲੀਟੀਕਲ ਰੈਲੀ ਨਹੀਂ ਹੈ। ਆ ਕੇ ਤੁਸੀਂ ਉਹਨਾਂ ਨੂੰ ਮਿਲੋ, ਉਹਨਾਂ ਨਾਲ ਵਿਚਰੋ, ਜੇ ਕੋਈ ਤੁਹਾਨੂੰ ਸਵਾਲ ਪੁੱਛਦੇ ਆ ਉਹਦਾ ਜਵਾਬ ਜ਼ਰੂਰ ਦਿਓ। ਪਰ ਇੱਕ ਚੀਜ਼ ਬੜੀ ਮੈਨੂੰ ਅੱਛੀ ਲੱਗੀ ਹੈ ਪੰਨੂ ਸਾਹਿਬ, ਕਿ ਇਹ ਨਗਰ ਕੀਰਤਨ ਤੋਂ ਪਹਿਲਾਂ ਜਿਹੜੀ ਰਿਪੋਰਟ 3-4 ਮਹੀਨਿਆਂ ਤੋਂ ਸਾਨੂੰ ਥੋੜ੍ਹੀ ਜਿਹੀ ਦੁਖੀ ਕਰ ਰਹੀ ਸੀ, ਅਤੇ ਰਿਪੋਰਟ ਦਾ ਹਰ ਸਿੱਖ ਕਨਸਰਨ ਸੀਗਾ ਜਿਹੜਾ ਕੈਨੇਡਾ ਰਹਿੰਦਾ। ਦੇਖੋ, ਲੋਕਾਂ ਦੀ ਇੱਛਾ, ਉਹਨਾਂ ਦੀ ਭਾਵਨਾ ਜਾਂ ਉਹਨਾਂ ਦੀ ਕੌਨਸ਼ੀਅਸਨੈਸ ਜਾਂ ਉਹਨਾਂ ਦੀ ਅਰਦਾਸ, ਉਹਦੇ ਨਾਲ ਦੇਖੋ ਇਸ ਨਗਰ ਕੀਰਤਨ ਤੋਂ ਜਾਂ ਖਾਲਸੇ ਦੇ ਜਨਮ ਤੋਂ ਪਹਿਲਾਂ ਆਟੋਮੈਟਿਕਲੀ ਉਹਨਾਂ ਨੂੰ ਰਿਲਾਈਜ਼ ਹੋਇਆ ਉਹ ਠੀਕ ਹੋ ਗਈ। ਇਹਦਾ ਮਤਲਬ ਦੇਵਾ ਕੁਛ ਨਾ ਕੁਛ ਉਹ 'ਚ ਇਹੋ ਜੇ ਅੰਸ ਜ਼ਰੂਰ ਸੀਗੇ, ਕਿਤੇ ਨਾ ਕਿਤੇ ਇਨਫਲੂਐਂਸ ਜ਼ਰੂਰ ਸੀਗਾ ਜਿਹੜਾ ਕਿ ਉਹਨਾਂ ਨੇ ਰਿਲਾਈਜ਼ ਕਰ ਲਿਆ। ਪਰ ਇਹ 'ਚ ਬੜੀ ਵੱਡੀ ਸਾਡੀ ਸਪਿਰਚੁਅਲਿਜ਼ਮ ਦੀ ਜਿੱਤ, ਮੈਂ ਇਹ 'ਚ ਮੰਨਦਾ ਕਿ ਇਸ ਚੀਜ਼ ਦਾ ਲੋਕਾਂ ਦੀ ਭਾਵਨਾ ਨਾਲ, ਲੋਕਾਂ ਦੀ ਅਰਦਾਸ ਦੇ ਨਾਲ ਇਹ ਜਿਹੜੀ ਰਿਪੋਰਟ ਹੈ ਉਹ ਸਹੀ ਹੋ ਗਈ ਹੈ। ਔਰ ਸਿੱਖ ਹੁਣ ਆਪਣੇ ਖੁੱਲ੍ਹੇ ਮਨ ਦੇ ਨਾਲ ਇਸ ਨਗਰ ਕੀਰਤਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਹਾਂਜੀ, ਲਓ ਜੀ, ਅਸੀਂ ਗੁਰੂ ਘਰ ਦੇ ਵਿੱਚ ਬਾਉਂਡਰੀ ਦੇ ਵਿੱਚ ਹਦੂਦ ਦੇ ਵਿੱਚ ਇੰਟਰ ਹੋ ਚੁੱਕੇ ਹਾਂ, ਅਤੇ ਇਸ ਵੇਲੇ ਨਗਰ ਕੀਰਤਨ ਜਿਹੜਾ ਵਾ ਇੱਥੇ ਗੁਰੂ ਮਹਾਰਾਜ ਜੀ ਦਾ ਸਰੂਪ ਪਹੁੰਚ ਚੁੱਕਾ ਹੈ। ਚਾਰ ਸਫੇਰੇ ਹੀ ਕਨਾਤਾਂ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ, ਇੱਥੇ ਆਪਾਂ ਟੈਂਟ ਕਹਿ ਦਿੰਦੇ ਹਾਂ, ਭਾਰਤ ਦੇ ਵਿੱਚ ਕਨਾਤਾਂ ਕਹਿੰਦੇ ਹੁੰਦੇ ਸੀਗੇ, ਕਨਾਤਾਂ ਲੱਗੀਆਂ ਹੋਈਆਂ ਹਨ, ਕਿਉਂਕਿ ਜਦੋਂ ਮੇਲੇ ਦਾ ਜਾਂ ਵਿਆਹ ਦਾ ਮਾਹੌਲ ਹੁੰਦਾ ਹੈ ਤਾਂ ਉਹਨੂੰ ਕਨਾਤਾਂ ਕਹਿਣਾ ਹੋਰ ਵੀ ਵਧੀਆ ਲੱਗਦਾ। ਲਓ ਜੀ, ਜਗਦੀਸ਼ ਗਰੇਵਾਲ ਜੀ, ਇਹ ਸਾਡੇ ਇੱਥੋਂ ਦੇ ਖਾਸ ਲੀਡਰ ਸਹਿਬਾਨ, ਇਹ ਜਿਉਂ ਜਿਉਂ ਵੱਡੀ ਉਮਰ ਹੋ ਰਹੀ ਹੈ, ਹਾਂਜੀ ਸਤਿ ਸ਼੍ਰੀ ਅਕਾਲ ਵੀ ਜੀ, ਸਤਿ ਸ਼੍ਰੀ ਅਕਾਲ, ਜਿਉਂ ਜਿਉਂ ਇਹਨਾਂ ਦੀ ਵੱਡੀ ਉਮਰ ਹੋ ਰਹੀ ਹੈ ਅਤੇ ਇਹ ਯੰਗ ਹੁੰਦੇ ਜਾ ਰਹੇ ਹਨ, ਇਹਨਾਂ ਕੋਲੋਂ ਇਹ ਰਾਜ ਪੁੱਛਦਾ ਮੈਂ, ਕਿਉਂਕਿ ਲਗਭਗ ਅਸੀਂ ਕੋਈ ਉਮਰ ਦੇ, ਮੇਰੀ ਦਾੜੀ ਚਿੱਟੀ ਆ, ਇਹਨਾਂ ਦੀ ਕਾਲੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦਰਸ਼ਕਾਂ ਨੂੰ। ਸੋ ਐਡਾ ਵੱਡਾ ਖਾਲਸਾ, ਐਡੇ ਵੱਡੇ ਖਾਲਸੇ ਦੇ ਇਕੱਠ ਦੇਖ ਕੇ, ਸਿੱਖੀ ਦੇ ਐਡੇ ਵੱਡੇ ਦਰਸ਼ਨ ਕਰਕੇ ਬੰਦਾ ਹਰੇਕ ਸਾਲ ਯੰਗ ਹੋਵੇ, ਇਹਨਾਂ ਦਾ ਹੋਰ ਕੀ ਹੋਵੇ। ਸੋ ਜਿੱਡਾ ਵੱਡਾ ਅੱਜ ਖਾਲਸੇ ਦਾ ਇਕੱਠ ਹੈ ਇੱਥੇ, ਜੋ ਅੱਜ ਇੱਕ ਸਿੱਖੀ ਦਾ ਮੇਲਾ, ਜੋ ਅੱਜ ਸਾਰੇ ਭੈਣ ਭਰਾ ਜਿੱਥੇ ਇਕੱਠੇ ਹੋਏ ਨੇ, ਰੂਹ ਖੁਸ਼ ਹੋਈ ਹੈ ਦੇਖ ਕੇ ਸਾਰੇ। ਸੋ ਬਹੁਤ ਅੱਛਾ ਲੱਗਿਆ ਅੱਜ, ਹੁਣ
ਜਦੋਂ ਦਾ ਮੈਂ ਇੱਥੇ ਆਇਆ 30 ਸਾਲ ਤੋਂ ਹਰੇਕ ਨਗਰ ਕੀਰਤਨ ਸ਼ਮੂਲੀਅਤ ਕਰੀਦੀ ਹੈ, ਪਰ ਅੱਜ ਜੋ ਇਕੱਠ ਦਰਸ਼ਨ ਸੰਗਤ ਦੇ ਦਰਸ਼ਨ ਹੋਏ ਨੇ, ਇੱਦਾਂ ਦੇ ਦਰਸ਼ਨ ਜਾਂ ਤਾਂ 1999 300 ਸਾਲਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਡਾਊਨ ਟਾਊਨ ਨਗਰ ਕੀਰਤਨ 'ਚ, ਪਰ ਇਸ ਵਾਰ ਤਾਂ ਉਸ ਤੋਂ ਵੀ ਰਿਕਾਰਡ ਤੋੜ ਗਏ। ਔਰ ਬਾਕੀ ਜੀ 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 ਅੱਜ ਦਿਨ ਰਿਜ਼ਰਵ ਗੁਰੂ ਸਾਹਿਬ ਨੇ ਜੀ ਬਿਲਕੁਲ ਬਿਲਕੁਲ ਹਾਂਜੀ। ਔਰ ਅੱਜ ਮੈਂ ਸਵੇਰ ਤੋਂ ਹੀ ਇੱਥੇ ਹਾਂ, ਸਵੇਰ ਤੋਂ ਹੀ 10 ਵਜੇ ਪੂਰਾ ਜੋ ਗੁਰਦੁਆਰਾ ਸਾਹਿਬ ਦਾ ਹਦੂਦ ਆ ਭਰ ਚੁੱਕਿਆ ਸੀ। ਵੈਸਟ ਮੋਡ ਡਰਾਈਵ ਉਦੋਂ ਦੀ ਹੋਈ, ਸਿਰੇ ਤੱਕ ਟੈਂਟ ਲੱਗੇ ਹੋਏ ਨੇ, ਮਾਲਟਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਆਏ ਅਤੇ ਐਨ 500 ਦੇ ਕਰੀਬ ਜੋ ਟੈਂਟ ਲੱਗੇ ਨੇ। ਸੋ ਇਸ ਸਮੇਂ ਜੋ ਖਾਲਸੇ ਦੀ ਜਗਦੀਸ਼ ਜੀ, ਇੱਕ ਜਿਹੜਾ ਪਹਿਲੇ ਚਿਹਰੇ ਆਪਣੇ ਹੁੰਦੇ ਸੀਗੇ ਉਹ ਇੱਥੇ ਘੱਟ ਨਹੀਂ ਦਿਖਾਈ ਦਿੰਦੇ, ਹੁਣ ਇਹ ਨਵੇਂ ਚਿਹਰੇ ਦਿਖਾਈ ਦੇਣਗੇ, ਆਪਣੀ ਕੋਈ ਨਾ ਕੋਈ ਕਟਾਈ ਆ ਜਾਂ ਆਪਾਂ ਨਹੀਂ 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 ਸੰਗਤ ਇਸ ਸਮੇਂ ਬਹੁਤ ਜ਼ਿਆਦਾ ਹੋ ਚੁੱਕੀ, ਆਪਣੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਪਸਾਰ ਹੋ ਚੁੱਕਿਆ। ਹੁਣ ਇੱਥੇ ਅੱਗੇ ਆਪਾਂ ਗਿਣਤੀ ਦੇ ਸੀਗੇ ਮੀਡੀਆਕਾਰ, ਉਸੇ ਤਰ੍ਹਾਂ ਹੀ ਕਮਿਊਨਿਟੀ ਜਾਣੇ ਪਹਿਚਾਣੇ ਹੁੰਦੇ ਸੀਗੇ, ਪਰ ਹੁਣ ਜਿਹੜੇ ਪਿਛਲੇ 3-4 ਸਾਲਾਂ ਦੇ ਵਿੱਚ 2-2.5 ਲੱਖ ਨਵੇਂ ਸਿੰਘ ਆ ਗਏ, ਨਵੇਂ ਬੱਚੇ ਆ ਗਏ ਨੇ, ਉਹ ਸਾਰੇ ਜਾਂ ਫਿਰ ਜਿਹੜੇ ਇੱਥੋਂ ਦੇ ਆਪਣੇ ਬੱਚੇ ਅੱਗੇ ਗਰੋ ਹੋ ਗਏ ਨੇ, ਉਹਨਾਂ 'ਚ ਆਪਣੀ ਓਨੀ ਪਹਿਚਾਣ ਨਹੀਂ ਹੈ, ਪਰ ਆਪਣੇ ਵਰਗ ਦੇ ਵਿੱਚ ਫਿਰ ਵੀ ਉਹ ਆਪਣੀ ਪਹਿਚਾਣ ਬਰਕਰਾਰ ਆ, ਸਾਰੇ ਹਲੇ ਆਪਾਂ ਨੂੰ ਮਿਲਦੇ ਨੇ। ਹਾਂਜੀ ਗਰੇਵਾਲ ਸਾਹਿਬ, ਅੱਜ ਅਸੀਂ ਸਾਗਾ 960 AM 'ਤੇ ਇੰਗਲਿਸ਼ ਦੇ ਵਿੱਚ, ਕਿਉਂਕਿ ਉਹ ਹੈ ਹੀ ਅੰਗਰੇਜ਼ੀ ਦਾ ਸਟੇਸ਼ਨ ਆ, ਮੇਨ ਸਟ੍ਰੀਮ ਵਾਸਤੇ ਉਹ ਪ੍ਰੋਗਰਾਮ ਜਿਹੜਾ ਟਾਰਗੇਟ ਕਰ ਰਹੇ ਹਾਂ, ਤਾਂ ਕਿ ਇੱਥੋਂ ਦੀ ਜਿਹੜੀ ਯੰਗ ਜਨਰੇਸ਼ਨ ਹੈ, ਬੱਚੇ ਹਨ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਣੇ ਬੱਚੇ ਹੁਣ ਸੈਕਿੰਡ ਥਰਡ ਜਨਰੇਸ਼ਨ ਹੋ ਚੁੱਕੀ ਹੈ, ਜਿਹੜੇ ਭਾਰਤ ਤੋਂ ਬੱਚੇ ਆ ਰਹੇ ਹਨ ਉਹ ਅੰਗਰੇਜ਼ੀ ਬੋਲਦੇ ਹਨ, ਜਿਹੜੇ ਇੱਥੇ ਰਹਿੰਦੇ ਸੀ ਉਹ ਅੰਗਰੇਜ਼ੀ ਸੋਹਣੀ ਅੰਡਰਸਟੈਂਡ ਕਰਦੇ ਹਨ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਮੇਂ ਦੇ ਅਨੁਕੂਲ ਸਮੇਂ ਦੇ ਅਨੁਸਾਰ ਤਬਦੀਲੀ ਆਉਂਦੀ ਹੈ, ਸੋ ਉਸੇ ਤਰੀਕੇ ਨਾਲ ਸਾਡਾ ਫਰਜ਼ ਸੀਗਾ ਕਿ ਅਸੀਂ ਨਵਾਂ ਮੀਡੀਆ ਇੰਟਰੋਡਿਊਸ ਕਰੀਏ। ਸੁਰਸਾਗਰ ਨੇ ਸਮੇਂ ਸਿਰ ਸ਼ੁਰੂਆਤ ਕੀਤੀ, ਸੁਰਸਾਗਰ ਰੇਡੀਓ 24 ਘੰਟੇ ਫਿਰ TV ਦੀ ਸਮੇਂ ਸਿਰ ਸ਼ੁਰੂਆਤ ਹੋਈ, ਨਾਓ ਇਟ ਵਾਜ਼ ਦ ਟਾਈਮ ਟੂ ਸਟਾਰਟ ਐਨ ਇੰਗਲਿਸ਼ ਚੈਨਲ, ਸੋ ਵੀ ਕੈਨ ਬ੍ਰਿੰਗ ਆਰ ਨੈਕਸਟ ਜਨਰੇਸ਼ਨ ਟੂਗੈਦਰ and we can tell ourselves to the English community here, to the mainstream here. So you always took the steps on the right time. So Saga radio program di shuruaat karni tuhade layi ik sahi samay de utte tusi eh kam kita, main eh kamna jide vich tuhada vishesh yogdan riha Sursagar de vich, Sursagar TV de vich, ise prakar aas rakhde ha ke Saga 960 de vich vi tuhada usse prakar yogdan hovega jidda tusi dende ho, asi acknowledge karde ha tuhadi jehdi ditti hoyi ਕੌਮ ਨੂੰ ਜਾਂ ਸਾਨੂੰ ਯੋਗਦਾਨ ਹੈ, ਅਸੀਂ ਤੁਹਾਡੇ ਬਹੁਤ ਬਹੁਤ ਰਿਣੀ ਹਾਂ, ਬਹੁਤ ਧੰਨਵਾਦੀ ਹਾਂ। ਥੈਂਕ ਯੂ ਸੋ ਮੱਚ ਪੰਨੂ ਸਾਹਿਬ, ਧੰਨਵਾਦ, ਆਓ ਸੰਗਤਾਂ ਦੇ ਦਰਸ਼ਨ ਕਰਾਈਏ। ਹਾਂਜੀ, ਔਰ ਮੈਂ ਕੁਝ ਕੁ ਹੋਰ ਪੋਲੀਟੀਕਲੀ ਗੱਲ ਤੁਹਾਡੇ ਨਾਲ ਕਰਨੀ ਚਾਹੂੰਗਾ, ਇੱਥੇ PC ਪਾਰਟੀ ਦੇ ਨੁਮਾਇੰਦੇ ਤੇ ਮਾਲਟਨ ਗੁਰਦੁਆਰੇ ਉਹ ਦਿਖਾਈ ਦਿੱਤੇ ਹਨ, ਲਿਬਰਲ ਪਾਰਟੀ ਕੁਝ ਹਟਵੀਂ ਦੂਰ ਹੈ, ਉਹਦਾ ਕਾਰਨ ਕੀ? ਮੈਂ ਇੱਥੇ ਹੁਣ ਤੱਕ ਸਿਰਫ ਕ੍ਰਿਸਟੀ ਡੰਕਨ ਉਹਨਾਂ ਨੂੰ ਦੇਖਿਆ, ਕ੍ਰਿਸਟੀ ਡੰਕਨ ਸਾਡੇ ਇੱਥੋਂ ਲੋਕਲ MP ਨੇ ਇਸ ਹਲਕੇ ਦੇ ਅਤੇ ਮਿਨਿਸਟਰ ਨੇ, ਪਰ ਉਹਨਾਂ ਨੂੰ ਸਟੇਜ ਦੇ ਉੱਤੇ ਨਾ ਰੈਕੋਗਨਾਈਜ਼ ਕੀਤਾ ਗਿਆ, ਨਾ ਉਹਨਾਂ ਨੂੰ ਸਟੇਜ ਦੇ ਉੱਤੇ ਜਾਣ ਦਿੱਤਾ ਗਿਆ ਵਾ। ਸੋ ਜੋ ਲਿਬਰਲ ਪਤੀ ਸਿੱਖਾਂ ਦਾ ਇਸ ਸਮੇਂ ਗੁੱਸਾ ਹੈ, ਜੋ ਰਿਪੋਰਟ ਵਿੱਚ ਸਿੱਖਾਂ ਦਾ ਨਾਂ ਆਉਣ ਤੋਂ ਬਾਅਦ, ਉਸ ਤੋਂ ਬਾਅਦ ਖਾਸ ਤੌਰ ਦੇ ਉੱਤੇ ਆ ਜਿਹੜਾ ਅੰਟਾਰੀਓ, ਦੇਖੋ ਟੂ ਬੀ ਓਨੈਸਟ ਵਿਦ ਯੂ, ਸਾਡੀਆਂ ਦੋ ਸੰਸਥਾਵਾਂ ਨੇ, ਅੰਟਾਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਅਤੇ ਅੰਟਾਰੀਓ ਗੁਰਦੁਆਰਾ ਕਮੇਟੀ, ਕਿਤੇ ਨਾ ਕਿਤੇ ਦੋਵਾਂ ਸੰਸਥਾਵਾਂ ਦਾ ਸਿਆਸੀਕਰਨ ਹੋਇਆ। ਔਰ ਪਿਛਲੀ ਵਾਰੀ ਦੇਖੋ ਅੰਟਾਰੀਓ ਸਿਕਸਨ ਗੁਰਦੁਆਰਾ ਕੌਂਸਲ ਨੇ ਉਸ ਰਿਪੋਰਟ ਦਾ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਗਾ, ਐਡੀ ਵੱਡੀ ਘਟਨਾ ਹੋਵੇ ਅਤੇ ਪ੍ਰੈਸ ਰਿਲੀਜ਼ ਦੇ ਵਿੱਚ ਜ਼ਿਕਰ ਤੱਕ ਨਾ ਹੋਵੇ। ਇਸ ਕਮੇਟੀ ਨੇ ਉਸ ਦੇ ਪ੍ਰਤੀ ਸਖਤ ਸਟੈਂਡ ਲਿਆ ਕਿ ਜੋ ਲਿਬਰਲ ਨੇ ਕੀਤਾ ਉਹ ਸਹੀ ਨਹੀਂ ਕੀਤਾ ਗਾ, ਉਹਨੂੰ ਸਮੇਂ ਸਿਰ ਦਰੁਸਤ ਵੀ ਨਹੀਂ ਕੀਤਾ ਗਾ। ਸੋ ਜਦੋਂ ਬਿਲਕੁਲ ਓਵਰਆਲ ਪੂਰੇ ਕੈਨੇਡਾ ਭਰ ਦੇ ਵਿੱਚ ਪ੍ਰੈਸ਼ਰ ਪਿਆ ਸਿੱਖ ਕਮੇਟੀ ਦਾ, ਉਦੋਂ ਜਾ ਕੇ ਉਹਨਾਂ ਨੇ ਐਕਸ਼ਨ ਲਿਆ। ਸੋ ਇਹੀ ਕਾਰਨ ਹੈ ਕਿ ਇੱਥੇ ਨਾ ਤਾਂ ਪ੍ਰੋਵਿੰਸ਼ੀਅਲ ਅਤੇ ਨਾ ਤਾਂ ਫੈਡਰਲ ਦੇ ਜਿਹੜੇ ਲਿਬਰਲ ਦੇ ਨੁਮਾਇੰਦੇ ਨੇ ਉਹ ਸਾਡੇ ਕਿਤੇ ਨਜ਼ਰ ਨਹੀਂ ਆਉਂਦੇ ਗਏ। ਆਉਣ ਵਾਲੀ ਇਲੈਕਸ਼ਨ 'ਚ ਕੀ ਸਿੱਟੇ ਲਿਆਉਣਗੇ? ਕਾਫੀ ਵੱਡਾ ਫਰਕ ਪਾਉਣਗੇ, ਬਹੁਤ ਵੱਡਾ ਫਰਕ ਪਵੇਗਾ ਇਸ ਸਮੇਂ। ਜੇਕਰ ਸਿੱਖ ਵੋਟ ਤੇ ਇੰਨੀ ਕੋਈ ਜ਼ਿਆਦਾ ਹੈ ਨਹੀਂ, ਨਹੀਂ ਨਹੀਂ ਪਾਉਣਗੇ, 10-12 ਜਿਹੜੀਆਂ ਹਲਕੇ ਨੇ ਜਿੱਥੇ ਡਿਸਾਈਡਿੰਗ ਫੈਕਟਰ ਸਿੱਖ ਵੋਟ ਦਾ ਸਾਡੇ ਇੱਥੇ ਗ੍ਰੇਟਰ ਟਾਂਟੋ ਏਰੀਏ ਦੇ ਵਿੱਚ 10-12 ਤੋਂ ਵੱਧ ਹੀ ਹਲਕੇ ਨੇ ਜਿੱਥੇ ਡਿਸਾਈਡਿੰਗ ਫੈਕਟਰ ਸਿੱਖ ਕਮਿਊਨਿਟੀ ਦੀ ਵੋਟ ਹੈ। ਸੋ ਅਸੀਂ ਇਹਨੂੰ ਘੱਟ ਕਰਕੇ ਨਹੀਂ ਜਾਣ ਸਕਦੇ ਗੇ। ਔਰ ਮਿਸਾਗਾ, ਬ੍ਰੈਮਟਨ ਅਤੇ ਪਰਲੇ ਪਾਸੇ ਹੁਣ ਮਿਲਟਨ ਦੇ ਵਿੱਚ ਵੀ ਅਤੇ ਇੱਧਰ ਗ੍ਰੇਟਰ ਟਾਂਟੋ ਏਰੀਏ ਦੀਆਂ ਵੀ 2-3 ਹਲਕੇ ਨੇ ਜਿਹੜੇ ਈਵਨ ਸਕਾਰਵੋ ਤੋਂ ਵੀ, ਸੋ ਸਿੱਖ ਕਮਿਊਨਿਟੀ ਉੱਤੇ ਡਿਸਾਈਡਿੰਗ ਫੈਕਟਰ ਹੈ।
असी अपने दर्शकों को यह जरूर दसना चाहते हैं कि चाहे यह धार्मिक नगर कीर्तन विसाखी दे दिन ते यह हुंदा है ते सानू धार्मिक गल्लां करनियां चाहीदियां, लेकिन जिहड़ी सिक्खी है यह धर्म ते राजनीति दे नाल कट्ठी चलदी है, सो साडा फर्ज बनदा हैगा कि असी इस ते गल बिल्कुल बिल्कुल और एक गंभीर विचार मंगदा है मुद्दा कि कनेडियन पॉलिटिशन दा अते सिखां दे आगूआं दा जो आपस विच ही वितकरा वध रहा वा जां सिख स्टेज दे उत्ते कनेडियन पॉलिटिशन आउण तों क्यों झिझकदा है जां सिख कनेडियन पॉलिटिशन नूं अपनी स्टेज दे के क्यों नहीं खुश, एक गंभीर मुद्दा, इहदे नाल कौम दा नुकसान हो रहा वा। अच्छा ये बिल्कुल तुसीं ठीक कहा कि नुकसान हो रहा, चाहे वह पोलीटिकली नुकसान हो रहा, चाहे वह साडा उन्हां च प्रभाव का नुकसान हो रहा, यह किदां करैक्ट किया जा सकता, क्योंकि यह अति जरूरी है कि हर पार्टी नूं लागे जोड़िया जाए ना कि उन्हां नूं धक्का जाए। जिहड़ियां गुरुद्वारे दीआं संस्थावां ने उन्हां नूं नॉन पार्टीजन बेस ते काम करना चाहिए आ, उन्हां नूं ठीक है प्रैशर असी एज ए प्रैशर ग्रुप काम करिए, कोई भी इदां दा मसला उहदा उत्ते प्रैशर असी पाईए अपना, पर वी शुड ब्रिंग द सोल्यूशन टू दीज पॉलिटिशियन, वी शुड नॉट ऑलवेज ब्रिंग द प्रॉब्लम टू दीज पॉलिटिशियन। तुहाडे कहण दा भाव है कि गुरुद्वारे जां कोई भी अपनियां संस्थावां उह धार्मिक होण दे नाल नाल राजनीतिक होण, पर एक पार्टी दे नाल ना जुड़ियां, ना जुड़े नॉन पार्टी दे बेस ते काम होवे सा, ओह प्रेशर बनाउण जी एज ए प्रेशर ग्रुप करन, ना पॉलिटिशियन नूं ए ना होवे कि ए जिहड़ी संस्था है किसी भी गुरुद्वारे दी ए लिबरल आ जां कंजरवेटिव है, ਇਹ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਣੀਆਂ ਵੈਲਿਊਜ਼ ਦੇ ਉੱਤੇ ਖੜਨ ਵਾਲੇ ਆ, ਜਿੱਦਣ ਸਾਡੀ ਕੌਮ ਦੇ ਸਾਡੇ ਲੀਡਰ ਆਪਣਾ ਸਿਆਸੀ ਕੰਮ ਛੱਡ ਕੇ ਆਪਣੀਆਂ ਵੈਲਿਊਜ਼ ਦੇ ਉੱਤੇ ਸਿੱਖ ਵੈਲਿਊਜ਼ ਦੇ ਉੱਤੇ ਖੜ੍ਹ ਗਏ, ਉਦਣ ਜਿਸ ਤਰ੍ਹਾਂ ਅਹਿਮਦੀਆ ਭਾਈਚਾਰੇ ਦੇ ਵਿੱਚ ਹਰ ਰਾਜਨੀਤਿਕ ਆਗੂ ਆ ਕੇ ਉੱਥੇ ਉਹਨਾਂ ਕੋਲ ਮਿਲਦਾ ਬੈਠਦਾ, ਉਸੇ ਤਰ੍ਹਾਂ ਹੀ ਜਿਹੜੇ ਕੈਨੇਡਾ ਕੀ ਦੁਨੀਆ ਭਰ ਦੇ ਲੀਡਰ ਆ ਕੇ ਉਹਨਾਂ ਕੋਲ ਬੈਠਣਗੇ, ਗੱਲ ਕਰਨਗੇ ਸਾਡੇ ਸਿੱਖਾਂ ਕੋਲ, ਪਰ ਵੀ ਗਰ ਵੀ ਹੈ ਨੋਨ ਪਾਰਟੀਜ਼ਨ ਅਤੇ ਸਾਨੂੰ ਆਪਣੀਆਂ ਵੈਲਿਊਜ਼ ਦੇ ਉੱਤੇ ਸਟੈਂਡ ਕਰਨਾ ਪੈਣਾ ਹੈ। ਬਿਲਕੁਲ ਜੀ, ਸੋ ਗੁਰਦੁਆਰਾ ਸਾਹਿਬਾਨਾਂ ਦੀਆਂ ਜਿੱਦਾਂ ਬ੍ਰਿਗੇਡੀਅਰ ਸਾਹਿਬ ਕਿਹਾ ਗਿਆ ਗਰੇਵਾਲ ਸਾਹਿਬ ਵੱਲੋਂ ਕਿ ਇਹਨਾਂ ਨੂੰ ਪੋਲੀਟੀਕਲ ਇੱਕ ਧਿਰ ਛੱਡ ਕੇ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ 'ਤੇ ਇਹ ਕੰਮ ਕਰਨ ਦੀ ਜ਼ਰੂਰਤ ਹੈ, ਨਾ ਕਿ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਰਹਿਣ ਦੇ ਨਾਲ, ਜਿਹਦੇ ਨਾਲ ਸਿੱਖਾਂ ਨੂੰ ਸਾਰਾ ਨੁਕਸਾਨ ਹੋਏਗਾ ਜੇਕਰ ਇਹ ਗੁਰਦੁਆਰਿਆਂ ਦੇ ਵਿੱਚ ਇਕੱਲੀ ਇਕੱਲੀ ਪਾਰਟੀ ਦਾ ਜਿਹੜਾ ਪ੍ਰੈਸ਼ਰ ਬਣ ਗਿਆ। ਸੋ ਇਸ ਕਰਕੇ ਅਤਿ ਜ਼ਰੂਰੀ ਹੈ ਕਿ ਗੁਰਦੁਆਰਿਆਂ ਨੂੰ ਪੋਲੀਟੀਕਲੀ ਪਾਰਟੀ ਦੇ ਇਨਫਲੂਐਂਸ 'ਚੋਂ ਬਾਹਰ ਕੱਢਿਆ ਜਾਵੇ, ਇਹ ਕਿੱਦਾਂ ਨਿਕਲ ਸਕਦੇ ਆ ਜੀ? ਤਾਂ ਪਹਿਲੀ ਗੱਲ ਤਾਂ ਮੈਂ ਇਹਨਾਂ ਨਾਲ 100% ਸਹਿਮਤ ਹੈ ਕਿ ਕੋਈ ਵੀ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਅਦਾਰਾ ਮੰਦਰ ਹੋਵੇ, ਚਰਚ ਹੋਵੇ ਜਾਂ ਮਸਜਿਦ ਹੋਵੇ, ਉਹਨਾਂ ਨੂੰ ਓਪਨਲੀ ਪੋਲੀਟੀਕਲੀ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਸਿਰਫ ਪ੍ਰੈਸ਼ਰ ਗਰੁੱਪ ਆਪਣੇ ਜਿਹੜਾ ਜਿੱਦਾਂ ਸਾਡਾ ਸਿੱਖਇਜ਼ਮ ਦਾ ਜਿਹੜੀਆਂ ਸਿੱਖਇਜ਼ਮ ਦੀਆਂ ਇਸ਼ੂਜ਼ ਹੈ ਉਹ ਪ੍ਰੈਸ਼ਰ ਬਣਾਉਣਾ ਚਾਹੀਦਾ, ਨਾ ਕਿ ਅਸੀਂ ਕਹੀਏ ਕਿ ਇਹ ਗੁਰਦੁਆਰਾ ਸਾਹਿਬ ਕਿਸੇ ਲਿਬਰਲ ਪਾਰਟੀ ਦੇ ਨਾਲ ਅਲਾਈਨਡ ਹੈ ਜਾਂ ਕੋਈ ਗੁਰਦੁਆਰਾ ਸਾਹਿਬ ਕਿਸੇ ਪੀ ਸੀ ਪਾਰਟੀ ਦੇ ਨਾਲ ਅਲਾਈਨਡ ਹੈ। ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹੈ, ਜ਼ਰੂਰਤ ਹੈ। ਥੈਂਕ ਯੂ। Bye.
Bye.
ਵਾਹਿਗੁਰੂ 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 ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ
गुरु।